पंकज सिमरो अंगद दुख गुरु अमरदास हृदय नित श्री गुरु रामदास गुण गुरु अर्जन विघ्न के हर गोविंद शुभ शुमत पार श्री हर राय नमो कार नमो कार रे श्री हर कृष्ण मना तेग बहादुर परम कृपाला जी परम श्री गुरु गोविंद सिंह तरों तरा पर पौना सीसा बंदो बार बार जग देसा एकंकार सतगुरु ते प्रसाद सच होए वाहे गुरु जी की फतेह है विघ्न विनाशन सोए वाहे गुरु जी की फतेह है विघ्न विनाशन सोए सतनाम श्री वाहे गुरु साहिब जी देख दूरत सह को निव निव करत सलाम अगर जाए ठंडो पयो जेह ठां सबा तमाम वाहे गुरु जी का खालसा वाहे गुरु जी की फतेह। परम सन्मान योग अते सत्कार योग गुरु सवारी गुरु खालसा सात संगत जीओ अज धन गुरु अंगद देव महाराज दूजे पातशाह जी का ज्योति जोत दिहाड़ा है अते धन गुरु गोबिंद सिंह महाराज जी के लखते जिगर साहिबजादा बाबा जुझार सिंह जी का आगमन दिवस है। सब तो पहला समूह संगतां नूं आनंद होवे खालसा जीओ आखो सतनाम। यह आनंद ऐसा है दोवें थां ते टुकेगा खालसा जीओ। गुरु अंगद देव महाराज
ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿਹੜੇ ਗੁਰੂ ਨਾਨਕ ਮਹਾਰਾਜ ਦੇ ਵੀ ਗੁਰੂ ਹੋਏ ਖਾਲਸਾ ਜੀ। ਉਹ ਤੁਸੀਂ ਕਹੋਗੇ ਕਿਵੇਂ ਜੀ ਵੀ ਧੰਨ ਗੁਰੂ ਨਾਨਕ ਮਹਾਰਾਜ ਕਿਸੇ ਅੱਗੇ ਚੁੱਕੇ ਨਹੀਂ। ਲਗਭਗ 70 ਸਾਲ ਸਰੀਰ ਕਰਕੇ ਗੁਰੂ ਨਾਨਕ ਮਹਾਰਾਜ ਇਸ ਧਰਤੀ 'ਤੇ ਰਹੇ। ਵੈਸੇ ਤਾਂ ਅੱਜ ਵੀ ਹਨ ਪਰ ਜੋ 5 ਭੂਤਕ ਸਰੀਰ ਗੁਰੂ ਨਾਨਕ ਮਹਾਰਾਜ ਜੀ ਦਾ 1469 ਤੋਂ ਲੈ ਕੇ 1539 ਈਸਵੀ ਤੱਕ ਲਗਭਗ 70 ਸਾਲ ਗੁਰੂ ਨਾਨਕ ਮਹਾਰਾਜ ਕਿਸੇ ਅੱਗੇ ਨਿਵੇ ਨਹੀਂ, ਆਪਣਾ ਸੀਸ ਨਹੀਂ ਚੁਕਾਇਆ ਅਤੇ ਲਗਭਗ 7-8 ਸਾਲ ਭਾਈ ਲਹਿਣਾ ਜੀ ਨੇ ਸੇਵਾ ਕੀਤੀ ਗੁਰੂ ਨਾਨਕ ਮਹਾਰਾਜ ਜੀ ਦੀ। ਸੇਵਾ ਕਰਕੇ ਗੁਰੂ ਨਾਨਕ ਮਹਾਰਾਜ ਜੀ ਨੂੰ ਵਸ ਕਰ ਲਿਆ ਅਤੇ ਗੁਰੂ ਨਾਨਕ ਮਹਾਰਾਜ ਜੀ ਨੇ ਮੱਥਾ ਟੇਕਿਆ ਭਾਈ ਲਹਿਣਾ ਜੀ ਨੂੰ। ਅੰਗ ਸੇ ਲਗਾ ਕਰ ਅੰਗਦ ਕਰ ਦਿਆ, ਆਪਣੇ ਅੰਗ ਨਾਲ ਜੋੜਿਆ ਅਤੇ ਆਪਣੇ ਵਰਗਾ ਹੀ ਬਣਾ ਲਿਆ। ਆਹ ਲਹਿਣਿਆ, ਅੱਜ ਤੂੰ ਲਹਿਣਾ ਨਹੀਂ, ਤੂੰ ਕੁਝ ਲੈ ਲਿਆ ਹੈ, ਅੱਜ ਤੂੰ ਮੇਰੇ ਵਰਗਾ ਬਣ ਗਿਆ ਹੈ। ਅਤੇ ਇਹ ਬਖਸ਼ਿਸ਼ ਕਰਕੇ ਗੁਰੂ ਨਾਨਕ ਮਹਾਰਾਜ ਜੀ ਨੇ ਇਹਨਾਂ ਨੂੰ ਖਾਲਸਾ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਭੇਜਿਆ ਅਤੇ ਭਾਈ ਲਹਿਣਾ ਜੀ ਖਾਲਸਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਬਖਸ਼ਿਸ਼ ਮਿਲੀ ਪਰ ਜਾਣ ਦਾ ਮਨ ਨਹੀਂ ਕਰਦਾ, ਫਿਰ ਵੀ ਖਾਲਸਾ ਜੀ ਉਹ ਹੁਕਮ ਮੰਨ ਕੇ ਸ੍ਰੀ ਖਡੂਰ ਸਾਹਿਬ ਜਾ ਰਹੇ ਹਨ। ਉਹ ਜ਼ਿਕਰ ਕਰਦੇ ਭਾਈ ਗੁਰਦਾਸ ਜੀ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ। ਲਗਭਗ 12 ਸਾਲ ਖਾਲਸਾ ਜੀ ਉਹ ਗੁਰੂ ਅੰਗਦ ਦੇਵ ਮਹਾਰਾਜ ਗੁਰਿਆਈ 'ਤੇ ਰਹੇ ਅਤੇ ਇਤਨਾ ਸਮਾਂ ਗੁਰੂ ਅੰਗਦ ਦੇਵ ਮਹਾਰਾਜ ਸ੍ਰੀ ਖਡੂਰ ਸਾਹਿਬ ਹੀ ਰਹੇ ਖਾਲਸਾ ਜੀ ਉਹ। ਅਤੇ ਇੱਥੇ ਹੀ ਗੁਰੂ ਅਮਰਦਾਸ ਜੀ ਨੇ ਲਗਭਗ 12 ਸਾਲ ਸੇਵਾ ਕੀਤੀ ਇਹਨਾਂ ਦੀ ਅਤੇ ਅੱਜ ਦੇ ਦਿਹਾੜੇ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾਏ। ਉਸ ਤੋਂ ਲਗਭਗ 2-3 ਦਿਨ ਪਹਿਲਾਂ ਇਹ ਦਿਹਾੜਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 12 ਬਖਸ਼ਿਸ਼ਾਂ ਦੇ ਕੇ 1 ਸਾਲ 1 ਸਰੂਪਾ ਦੇਣਾ, 1 ਪਰਣਾ ਦੇਣਾ, 11 ਸਾਲ ਸੇਵਾ ਅਤੇ 11 ਸਾਲ 11 ਬਖਸ਼ਿਸ਼ਾਂ ਕੀਤੀਆਂ। 12ਵੇਂ ਸਾਲ ਜਿਹੜੀ ਬਖਸ਼ਿਸ਼ ਹੋਈ ਉਹ ਗੁਰਿਆਈ ਹੀ ਮਿਲ ਗਈ ਖਾਲਸਾ ਜੀ ਉਹ। ਅਤੇ ਗੁਰਿਆਈ ਦੀ ਦਾਤ ਦੇ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਤੋਰਿਆ ਵੀ ਤੁਸੀਂ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ, ਇਹ ਜੋਤ ਹੁਣ ਉੱਥੇ ਜਗਾਓ।
ਤੇ ਇੱਧਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਅੱਜ ਦੇ ਦਿਹਾੜੇ ਸੰਨ 1552 ਈਸਵੀ ਨੂੰ ਖਾਲਸਾ ਜੀਓ ਚੇਤ ਸੁਦੀ ਚੌਥ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਿਹੜੇ ਕਿਹੜੇ ਕਾਰਜ ਗਿਣੀਏ ਮਹਾਰਾਜ ਦੇ, ਲਗਭਗ 62-63 ਸਲੋਕ ਇਹਨਾਂ ਦੀ ਬਾਣੀ ਗੁਰਮੁਖੀ ਲਿਪੀ। ਇਸ ਖਾਲਸਾ ਜੀ ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ ਇਹਨਾਂ ਨੇ ਸ਼ੁਰੂ ਕੀਤੀ। ਗੁਰੂ ਨਾਨਕ ਕੁਮਾਰ ਦੀ ਜਨਮ ਸਾਖੀ ਲਿਖਵਾਈ ਇਹਨਾਂ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਸਿੱਖੀ ਦਾ ਪ੍ਰਚਾਰ ਪ੍ਰਸਾਰ ਉਸੇ ਤਰ੍ਹਾਂ ਤੋਰਿਆ ਖਾਲਸਾ ਜੀ। ਐਸੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਜ ਜੋਤੀ ਜੋਤ ਦਿਹਾੜੇ ਨੂੰ ਸਾਡੇ ਅੰਦਰ ਵੀ ਜੋਤ ਦਾ ਖਾਲਸਾ ਜੀ ਉਹ ਪ੍ਰਗਾਸ ਹੋਵੇ, ਜਿਹੜੀ ਜੋਤ ਸਾਰੇ ਸੰਸਾਰ ਵਿੱਚ ਮਹਾਰਾਜ ਦੀ ਜਗ ਰਹੀ ਹੈ ਉਹ ਆਨੰਦ ਸਾਡੇ ਅੰਦਰ ਵੀ ਆਵੇ। ਦੂਜੇ ਪਾਸੇ ਅੱਜ ਦੇ ਦਿਹਾੜੇ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਮਾਤਾ ਜੀਤੋ ਜੀ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਜੀ ਇਹਨਾਂ ਦੇ ਘਰ ਸੰਨ 1690 ਈਸਵੀ ਨੂੰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਆਗਮਨ ਹੋਇਆ ਖਾਲਸਾ ਜੀ। ਉਹ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਇਹਨਾਂ ਦਾ ਆਗਮਨ ਹੋਇਆ ਸੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਖਾਲਸਾ ਜੀ, ਮਾਤਾ ਸੁੰਦਰੀ ਜੀ ਦੇ ਉੱਧਰ ਤੋਂ। ਬਾਕੀ ਜਿਹੜੇ ਛੋਟੇ 3 ਸਾਹਿਬਜ਼ਾਦੇ ਇਹ ਮਾਤਾ ਜੀਤੋ ਜੀ ਦੇ ਸਨ ਖਾਲਸਾ ਜੀ। ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਲਗਭਗ ਖਾਲਸਾ 14 ਸਾਲ ਉਮਰ ਰਹੀ ਸਰੀਰ ਕਰਕੇ ਇਹਨਾਂ ਦੀ ਧਰਤੀ 'ਤੇ। ਅਤੇ ਆਪ ਸਭ ਜਾਣਦੇ ਹੀ ਹੋ ਕਿ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ 'ਤੇ ਇਹਨਾਂ ਨੇ ਚਮਕੌਰ ਸਾਹਿਬ ਦੇ ਯੁੱਧ ਵਿੱਚ ਉਹ ਤੇਗ ਵਾਹੀ ਅਤੇ ਆਪ ਪੁਰਜਾ ਪੁਰਜਾ ਕੱਟ ਬਰੈ ਕਬੂ ਨਾ ਛੱਡੈ ਖੇਰ ਇਸ ਤਰ੍ਹਾਂ ਸ਼ਹੀਦੀ ਦਾ ਜਾਮ ਪੇ ਗਏ। ਐਸੇ ਰੱਬ ਦੇ ਪਿਆਰੇ ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕੋਟਾਨਕੋਟ ਨਮਸਕਾਰ ਕਰੀਏ, ਮੱਥਾ ਟੇਕੀਏ ਇਹਨਾਂ ਸਾਹਿਬਜ਼ਾਦਿਆਂ ਨੂੰ ਖਾਲਸਾ ਜੀ। ਇਸ ਕਰਕੇ ਸਮੂਹ ਸੰਗਤਾਂ ਨੂੰ ਆਨੰਦ ਹੋਵੇ, ਆਓ ਇੱਕ ਮਿੰਟ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਸਾਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸਾਰੇ ਜਪਣਾ ਕਰੀਏ ਵਾਹਿਗੁਰੂ 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 ਵਾਹਿਗੁਰੂ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਦੇ ਖਿਲਾਫ ਖਾਲਸਾ ਜੀ ਪੈਂਦੇ ਖਾਂ ਫਰਿਆਦ ਲੈ ਕੇ ਲਾਹੌਰ ਪਹੁੰਚਿਆ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਅਤੇ ਇਹਦਾ ਮਿੱਤਰ ਹੈ ਕਾਲੇ ਖਾਂ ਖਾਲਸਾ ਜੀ ਅਤੇ ਇਹਦਾ ਜਵਾਈ ਹੈ ਅਸਮਾਨ ਖਾਂ। ਪਹਿਲਾਂ ਤਾਂ ਲਗਭਗ ਇੱਕ ਮਹੀਨਾ ਖਾਲਸਾ ਜੀ ਇਹਨਾਂ ਨੂੰ ਸਮਾਂ ਨਹੀਂ ਮਿਲਿਆ, ਫਰਿਆਦ ਕਰਨ ਦਾ ਸਮਾਂ ਮਿਲਿਆ ਹੀ ਨਹੀਂ। ਜਦੋਂ ਕਾਲੇ ਖਾਂ ਪਹੁੰਚਿਆ ਖਾਲਸਾ ਜੀ ਅਤੇ ਜਿਹਨੂੰ ਖਾਲਸਾ 'ਚ ਸਮਾਂ ਨਹੀਂ ਮਿਲਿਆ, ਉਸ ਤੋਂ ਬਾਅਦ ਉਹਨੇ ਜੁਗਤੀ ਦੱਸੀ ਵੀ ਇੱਕ ਜੁਗਤੀ ਹੈ, ਉਹ ਜੁਗਤੀ ਇਹ ਹੈ ਇੱਕ ਵੱਡਾ ਬਾਂਸ ਲੈ ਕੇ ਨਾ ਉਹਦੇ ਉੱਤੇ ਮੁਰਗੀ ਨਾਲ ਬੰਨਦੇ ਅਤੇ ਥੱਲੋਂ ਅੱਗ ਵਾਲੀ ਮਸ਼ਾਲ ਲੈ ਕੇ ਮੁਰਗੀ ਦੇ ਨੇੜੇ ਨੇੜੇ ਕਰੀ ਜਾ, ਜਦੋਂ ਮੁਰਗੀ ਨੂੰ ਸੇਕ ਲੱਗੇਗਾ ਉਹ ਤਾਂ ਪਹਿਲੇ ਭੜਕੇਗੀ, ਮੈਨੂੰ ਖਾਣ ਲਈ ਪਹਿਲੇ ਤਿਆਰ ਹਨ, ਫੂਕਣ ਲਈ ਜਿਉਂਦੇ ਜੀ ਫੂਕਣ ਨੂੰ ਤਿਆਰ ਹਨ। ਜਦੋਂ ਮੁਰਗੀ ਤੜਫੇਗੀ ਅਤੇ ਪੁਕਾਰ ਕਰੇਗੀ, ਜਦੋਂ ਪੁਕਾਰ ਕਰੇਗੀ ਅਤੇ ਇਸ ਤਰ੍ਹਾਂ ਕਰੀ ਪੈਂਦੇ ਖਾਂ ਅਤੇ ਉਹ ਆਵਾਜ਼ ਜਾਵੇਗੀ ਬਾਦਸ਼ਾਹ ਦੇ ਕੋਲ ਅਤੇ ਬਾਦਸ਼ਾਹ ਆਪੇ ਜਾਗੇਗਾ, ਤੇਰੀ ਫਰਿਆਦ ਜ਼ਰੂਰ ਸੁਣੇਗਾ। ਇਹ ਸੁਣ ਕੇ ਪੈਂਦੇ ਖਾਂ ਬੜਾ ਖੁਸ਼ ਹੋਇਆ, ਕਹਿਣ ਲੱਗਾ ਵਾਹ ਮਿੱਤਰਾ ਤੂੰ ਤਾਂ ਯੋਧਾ ਹੈ। ਅਤੇ ਇਸ ਤਰ੍ਹਾਂ ਖਾਲਸਾ ਸਾਰੀ ਇਹਨੇ ਤਿਆਰੀ ਕਰਕੇ ਉਹੀ ਕਾਰਜ ਕੀਤਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ, ਅਤੇ ਲਗਭਗ ਸਵੇਰੇ 3-4 ਵਜੇ ਦਾ ਸਮਾਂ ਇਹਨੇ ਉਹੀ ਕਿਰਿਆ ਕੀਤੀ। ਜਦੋਂ ਅੱਧੀ ਰਾਤ ਨੂੰ ਲਗਭਗ 3-4 ਵਜੇ ਇਹ ਆਵਾਜ਼ ਮਹਿਲਾਂ ਵਿੱਚ ਪਹੁੰਚੀ ਬਾਦਸ਼ਾਹ ਦੇ, ਅਤੇ ਬਾਦਸ਼ਾਹ ਦੀ ਬੇਗਮ ਇੱਕਦਮ ਉੱਠੀ ਅਤੇ ਕਹਿਣ ਲੱਗੀ ਬਾਦਸ਼ਾਹ ਜੀ ਤੁਸੀਂ ਲੋਕਾਂ ਦੀ ਪੁਕਾਰ ਨਹੀਂ ਸੁਣਦੇ ਕਿ ਅੱਧੀ ਰਾਤ ਨੂੰ ਲੋਕ ਰੋਲਾ ਪਾ ਰਹੇ ਹਨ, ਸੌਣ ਨਹੀਂ ਦੇ ਰਹੇ। ਬਾਦਸ਼ਾਹ ਕਹਿਣ ਲੱਗਾ ਜਾ ਕੇ ਦੇਖੋ ਪਹਿਰੇਦਾਰੋ ਕੌਣ ਹੈ ਇਸ ਵੇਲੇ, ਉਹਨੂੰ ਕਹੋ ਸਵੇਰੇ ਆ ਕੇ ਆਪਣੀ ਫਰਿਆਦ ਕਰੇ, ਹੁਣ ਸਾਨੂੰ ਆਰਾਮ ਕਰਨ ਦੇ। ਅਤੇ ਪਹਿਰੇਦਾਰ ਬਾਹਰ ਆਏ, ਉਹ ਕਹਿਣ ਲੱਗੇ ਭਾਈ ਕੌਣ ਹੈ? ਇਹ ਕਹਿਣ ਲੱਗਾ ਜੀ ਮੈਂ ਵਾ ਜੀ ਫਰਿਆਦੀ ਫਰਿਆਦ ਲੈ ਕੇ ਆਇਆ। ਪਹਿਰੇਦਾਰ ਕਹਿਣ ਲੱਗਾ ਬਾਦਸ਼ਾਹ ਵੱਲੋਂ ਹੁਕਮ ਹੈ ਕਿ ਫਰਿਆਦ ਸਵੇਰੇ ਤੁਹਾਡੀ ਸੁਣੀ ਜਾਵੇਗੀ। ਇਸ ਤਰ੍ਹਾਂ ਪੈਂਦੇ ਖਾਂ ਬੜਾ ਖੁਸ਼ ਹੋਇਆ ਖਾਲਸਾ ਜੀ, ਅਤੇ ਅਗਲੇ ਦਿਨ ਬਾਦਸ਼ਾਹ ਨੇ ਦੀਵਾਨ ਸਜਾਇਆ, ਦੀਵਾਨ ਵਿੱਚ ਸਾਰੇ ਇਹਦੇ ਉਮਰਾਵ ਵਜ਼ੀਰ ਆ ਕੇ ਬੈਠ ਗਏ। ਜਦੋਂ ਉੱਥੇ ਗੱਲ ਛੇੜੀ ਗਈ ਨਾ ਇਸ ਪੈਂਦੇ ਖਾਂ ਦੀ, ਅਤੇ ਉੱਥੇ ਵਜ਼ੀਰ ਖਾਂ ਗੁਰੂ ਕਾ ਪਿਆਰਾ ਉਹ ਕਹਿਣ ਲੱਗਾ ਜੀ ਬਾਦਸ਼ਾਹ ਜਾਪਨਾ ਜੀ ਇਹ ਪੈਂਦੇ ਖਾਂ ਉਹੀ ਹੈ ਜਿਨ੍ਹਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਤਰਾਂ ਵਾਂਗ ਪਾਲਿਆ ਹੈ, ਪਰ ਇਹ ਨਮਕ ਹਰਾਮੀ ਬਣ ਗਿਆ ਹੈ ਅਤੇ ਇਸ ਕਰਕੇ ਇਹ ਜਾਣਦੇ ਹੀ ਹੋ ਕਿ ਹਿਜਰੀ ਸੰਬਤ ਦੀ ਜਿਹੜੀ 13ਵੀਂ ਸਦੀ ਹੈ ਉਸ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਐਸੇ ਨਮਕ ਹਰਾਮੀ ਹੋਰ ਕਈ ਪੈਦਾ ਹੋਣਗੇ, ਇਹ ਤਾਂ ਪਹਿਲਾਂ ਹੀ ਪੈਦਾ ਹੋ ਗਏ। ਇਸ ਕਰਕੇ ਬਾਦਸ਼ਾਹ ਜੀ ਇਹਨਾਂ ਦੀ ਫਰਿਆਦ ਨਾ ਸੁਣੋ। ਅਤੇ ਖਾਲਸਾ ਜਦੋਂ ਬਾਦਸ਼ਾਹ ਨੇ ਸੁਣਿਆ ਨਾ ਵਜ਼ੀਰ ਖਾਂ ਦੀ ਗੱਲ, ਉਹ ਚੁੱਪ ਹੋ ਗਿਆ। ਪਰ ਕਿਸੇ ਕਾਰਨ ਵੱਸ ਵਜ਼ੀਰ ਖਾਂ ਨੂੰ ਬਾਹਰ ਜਾਣਾ ਪੈ ਗਿਆ ਅਚਾਨਕ ਹੀ ਕਚਹਿਰੀ ਤੋਂ, ਅਤੇ ਉਦੋਂ ਖਾਲਸਾ ਜੀ ਇਹਨਾਂ ਚੁਗਲਖੋਰਾਂ ਨੇ ਚੁਗਲੀ ਕੀਤੀ ਅਤੇ ਪੈਂਦੇ ਖਾਂ ਦੀ ਪੁਕਾਰ ਹੁਣ ਬਾਦਸ਼ਾਹ ਕੋਲ ਕਿਵੇਂ ਹੋ ਰਹੀ ਹੈ ਅਤੇ ਕਿਵੇਂ ਇਹ ਬਾਦਸ਼ਾਹ ਫੌਜ ਭੇਜ ਕੇ ਖਾਲਸਾ ਜੀ ਵੱਡੇ ਵੱਡੇ ਯੋਧੇ ਖੋਜਾ ਅਨਵਰ ਖਾਂ ਵਰਗੇ
ਕਾਲੇ ਖਾਂ ਵਰਗੇ, ਅਸਮਾਨ ਖਾਂ ਵਰਗੇ, ਪੈਂਦੇ ਖਾਂ ਵਰਗੇ, ਇਹ ਲਗਭਗ ਪੰਜ ਯੋਧੇ ਖਾਲਸਾ ਜੀ ਇਕੱਠੇ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਉੱਤੇ ਚੜ੍ਹਾਈ ਕਰਨਗੇ। ਆਓ ਇਹ ਕਥਾ ਨੂੰ ਸ਼ਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ। ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਰਾ ਪੂਰਤ ਸਹ ਕੋ ਨਿਵ ਨਿਵ ਕਰਤ ਸਲਾਮ। ਜਦੋਂ ਇਹ ਪੈਂਦੇ ਖਾਂ ਨੂੰ ਅੰਦਰ ਜਾਣ ਦਾ ਸਮਾਂ ਮਿਲਿਆ, ਅਜੇ ਵੀ ਸਮਾਂ ਨਹੀਂ ਮਿਲਦਾ ਸੀ ਖਾਲਸਾ ਜੀ, ਪਰ ਸਲਾਬਤ ਖਾਨ ਦੇ ਰਿਸ਼ਵਤ ਦੇ ਕੇ ਨਾ, ਜਦੋਂ ਰਿਸ਼ਵਤ ਦਿੱਤੀ ਸਲਾਬਤ ਖਾਨ ਨੂੰ ਤੇ ਪਹਿਰੇਦਾਰ ਨੇ ਉਹ ਗੱਲ ਜਾ ਕੇ ਅੰਦਰ ਆਖੀ ਤੇ ਤਾਂ ਇਸ ਪੈਂਦੇ ਖਾਂ ਆਪਣੇ ਦਮਾਦ ਅਸਮਾਨ ਨਾਲ ਖਲ ਜਦੋਂ ਅੰਦਰ ਵੜਿਆ ਤੇ ਚੁੱਕ ਚੁੱਕ ਕੇ ਸਲਾਮਾਂ ਕਰ ਰਿਹਾ ਬਾਦਸ਼ਾਹ ਨੂੰ। ਅਗਰ ਜਾਏ ਠੰਡੋ ਭਇਓ ਜੇ ਠਾਂ ਸਭਾ ਤਮਾਮ। ਜਿੱਥੇ ਤਮਾਮ ਸਭਾ ਸਾਰੀ ਸਭਾ ਸੱਜੀ ਹੋਈ ਸੀ ਖਾਲਸਾ ਜੀ, ਉੱਥੇ ਪੈਂਦੇ ਖਾਂ ਬਾਦਸ਼ਾਹ ਨੂੰ ਅੱਗੇ ਜਾ ਕੇ ਬਾਰ ਬਾਰ ਸਲਾਮਾਂ ਕਰਨ ਲਗਾ। ਓ ਪਏ ਸੁੰਦਰ ਡੀਲ ਬਿਲੰਦ ਨਿਹਾਰਾ। ਬਾਦਸ਼ਾਹ ਨੇ ਵੇਖਿਆ ਵੀ ਇਹ ਤਾਂ ਬੜਾ ਤਕੜਾ ਯੋਧਾ ਹੈ, ਸੁੰਦਰ ਡੀਲ ਡੋਲ ਬਹੁਤ ਨੌਜਵਾਨ ਇਹ ਯੋਧਾ ਹੈ। ਆਹੋ ਵਿਸ਼ਾਲ ਵੱਡੇ ਬਲਵਾਰਾ। ਤੇ ਜਿਹਦੀਆਂ ਬਾਹਾਂ ਤੇ ਖਾਲਸਾ ਜੀ ਹਾਥੀ ਦੀ ਸੁੰਡ ਵਰਗੀਆਂ ਹਨ, ਇਤਨੀ ਇਹਦੀ ਬਾਹਾਂ ਵਿਸ਼ਾਲ ਹਨ, ਬਹੁਤ ਬਲਸ਼ਾਲੀ ਹਨ। ਹਾਜ਼ਰਤ ਮੁਦਤ ਭਨੇ ਤਬ ਬਾਨੇ। ਤੇ ਬਾਦਸ਼ਾਹ ਜਾਪਨਾ ਸ਼ਾਹਜਹਾਂ ਬੜਾ ਖੁਸ਼ ਹੋਇਆ ਤੇ ਖੁਸ਼ ਹੋ ਕੇ ਬਾਦਸ਼ਾਹ ਕਹਿਣ ਲਗਾ ਤੈ ਕਿਮ ਕੇਨ ਪੁਕਾਰ ਮਹਾਨੇ। ਐ ਯੋਧਿਆ ਤੈਨੂੰ ਕੀ ਲੋੜ ਪੈ ਗਈ ਪੁਕਾਰ ਕਰਨ ਦੀ, ਤੂੰ ਤਾਂ ਖੁਦ ਹੀ ਇਤਨਾ ਤਕੜਾ ਹੈ, ਤੈਨੂੰ ਕੀ ਲੋੜ ਪੈ ਗਈ ਇੱਥੇ ਆਉਣ ਦੀ, ਤੇਰੇ ਵਰਗਾ ਯੋਧਾ ਕੋਈ ਨਜ਼ਰ ਨਹੀਂ ਆਉਂਦਾ ਮੈਨੂੰ। ਕਿਆ ਤੁਮ ਛੀਨਿਓ ਕਹਿ ਕਿਨ ਮਾਰਾ। ਐ ਦੱਸ ਤੇਰਾ ਕਿਹੜਾ ਸਮਾਨ ਕਿਸੇ ਨੇ ਖੋਇਆ ਹੈ, ਕੀ ਖੋਇਆ ਇਹ ਦੱਸ ਤਾਂ ਸਹੀ, ਜਾਂ ਤੈਨੂੰ ਕਿੰਨੇ ਦੋ ਚੰਡਾਂ ਮਾਰੀਆਂ ਹਨ ਇਹ ਵੀ ਦੱਸ। ਅਸ ਕੌਣ ਦਿਓ ਦੁੱਖ ਭਾਰ। ਐਸਾ ਕੌਣ ਹੈ ਜਿਹੜਾ ਤੇਰੇ ਤੋਂ ਬਲੀ ਹੋਵੇ, ਜਿਹੜਾ ਤੈਨੂੰ ਦੁੱਖ ਦੇ ਕੇ ਇੱਥੇ ਤੈਨੂੰ ਭੇਜਿਆ ਹੈ, ਦੱਸ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ, ਤੈਨੂੰ ਕਿੰਨੇ ਦੁੱਖ ਦਿੱਤਾ ਹੈ ਤੇ ਇੱਥੇ ਕਿਸ ਕਾਰਨ ਲਈ ਆਇਆ ਹੈ। ਸੁਣ ਪੈਂਦੇ ਕਰ ਜੋਰ ਬਖਾਨਾ। ਇਹ ਗੱਲ ਸੁਣ ਕੇ ਖਾਲਸਾ ਜੀ ਪੈਂਦੇ ਖਾਂ ਹੱਥ ਜੋੜ ਕੇ ਕਹਿਣ ਲਗਾ ਹਰ ਗੋਬਿੰਦ ਸਤਰ ਮਹਾਨਾ। ਤੇ ਕਹਿਣ ਲਗਾ ਜੀ ਬਾਦਸ਼ਾਹ ਜਾਪਨਾ ਜੀ, ਮੇਰੇ ਸ਼ਤਰੂ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਮੇਰੇ ਦੁਸ਼ਮਣ ਹਨ ਤੇ ਉਹਨਾਂ ਨੇ ਮੈਨੂੰ ਦੁੱਖ ਦਿੱਤਾ ਹੈ। ਮੈਂ ਉਹਨਾਂ ਦੀ ਨੌਕਰੀ ਕਰਦਾ ਰਿਹਾ, ਕਈ ਸਾਲ ਨੌਕਰੀ ਕੀਤੀ ਉਹਨਾਂ ਦੀ
ਤੇ ਉਹਨਾਂ ਵੱਲੋਂ ਤੁਹਾਡੇ ਕਈ ਦੁਸ਼ਮਣ ਮੈਂ ਮਾਰੇ ਹਨ। ਆਨਤ ਜੰਗ ਕੀਨ ਬਾਲਕਨ, ਜਿਹੜੇ ਜਿਹੜੇ ਤੁਹਾਡੇ ਬੰਦੇ ਆਉਂਦੇ ਰਹੇ ਉਹ ਤਾਂ ਦੁਸ਼ਮਣ ਹੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਜਿਹੜੇ ਤੁਹਾਡੇ ਵੱਡੇ ਵੱਡੇ ਯੋਧੇ ਆਏ ਮੁਗਲਸ ਖਾਂ ਵਰਗੇ ਆਏ ਤੇ ਸਾਰੇ ਮੈਂ ਝਟਕਾਏ ਹਨ। ਮਮ ਬਾਹਨ ਕੇ ਹੋਏ ਅਲੰਬ, ਤੇ ਬਾਦਸ਼ਾਹ ਜੀ ਇਹ ਮੇਰੀ ਬਾਹਾਂ ਦਾ ਬਲ ਹੈ, ਮੇਰੀ ਬਾਹਾਂ ਦੇ ਆਸਰੇ ਸਦਕਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਰੇ ਲਸ਼ਕਰ ਹਨੇ ਕਦਮ। ਤੁਹਾਡਾ ਲਾਓ ਲਸ਼ਕਰ, ਤੁਹਾਡੀ ਫੌਜ ਬਹੁਤ ਜ਼ਿਆਦਾ ਤਬਾਹ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੇ ਸਦਕਾ। ਜੇ ਮੈਂ ਨਾ ਹੁੰਦਾ ਤੇ ਤੁਹਾਡੀ ਫੌਜ ਨਾ ਮਰਦੀ। ਵੱਡੇ ਵੱਡੇ ਮੈਂ ਜੋਖਮ ਖਾਏ, ਬਾਦਸ਼ਾਹ ਜੀ ਬਹੁਤ ਜੋਖਮ ਉਠਾ ਕੇ ਬਹੁਤ ਕਸ਼ ਉਠਾਏ ਤੇ ਬਹੁਤ ਜੰਗ ਕੀਤੇ ਮੈਂ। ਨਹੀਂ ਫਤਿਹ ਬਹੁਤ ਜਸ ਉਪਜਾਏ, ਹਰ ਜੰਗ ਵਿੱਚ ਮੇਰੇ ਕਰਕੇ ਫਤਿਹ ਹੋਈ ਹੈ ਤੇ ਸਾਰੀ ਵਡਿਆਈ ਇਹ ਮੈਨੂੰ ਹੀ ਮਿਲਦੀ ਹੈ। ਇਸ ਕੋ ਇਹ ਇਨਾਮ ਮੁਝ ਦੇਨੋ। ਦੇਖੋ ਬਾਦਸ਼ਾਹ ਜੀ ਕਿਤਨੇ ਮੈਂ ਯੁੱਧ ਕੀਤੇ, ਕਿਤਨੇ ਮੈਂ ਤੁਹਾਡੇ ਯੋਧੇ ਮਾਰੇ ਤੇ ਮੈਨੂੰ ਇਹ ਇਨਾਮ ਮਿਲਿਆ ਹੈ ਕਿ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੈਨੂੰ ਆਪਣੀ ਫੌਜ ਤੋਂ ਬਾਹਰ ਕੱਢ ਦਿੱਤਾ ਹੈ। ਆਯੁਧ ਪਸਤਰ ਛੇਨ ਕਰ ਲੈਨੋ, ਮੇਰੇ ਸ਼ਸਤਰ ਵੀ ਖੋ ਲਏ, ਮੇਰੇ ਕੱਪੜੇ ਵੀ ਖੋ ਲਏ ਉਹਨਾਂ ਨੇ। ਜਾਟ ਗਵਾਰਨ ਤੇ ਮਰਵਾਇਓ, ਜਿਹੜੇ ਉਹਨਾਂ ਦੇ ਸਿੱਖ ਸਨ ਉਹ ਜੱਟ ਬੂਟ ਆਦਿਕ ਤੇ ਉਹਨਾਂ ਤੋਂ ਮੈਨੂੰ ਮਰਵਾਇਆ ਵੀ ਹੈ। ਮਰੋ ਤਰਾਸ ਤਨਕ ਨਹਿ ਪਾਇਓ, ਬਾਦਸ਼ਾਹ ਜੀ ਤੁਹਾਡਾ ਥੋੜਾ ਵੀ ਡਰ ਨਹੀਂ ਮੰਨਿਆ ਉਹਨਾਂ ਨੇ। ਮੈਂ ਬਹੁਤ ਆਖਿਆ ਕਿ ਮੈਂ ਬਾਦਸ਼ਾਹ ਕੋਲ ਜਾਵਾਂਗਾ ਪੁਕਾਰ ਕਰਾਂਗਾ, ਪਰ ਤੁਹਾਡਾ ਡਰ ਨਹੀਂ ਮੰਨਿਆ ਉਹਨਾਂ ਨੇ। ਅਬ ਰਾਵਰ ਕੀ ਤਈ ਦੁਹਾਈ, ਜਦੋਂ ਮੈਂ ਆਪ ਜੀ ਦੀ ਦੁਹਾਈ ਦਿੰਦਾ ਰਿਹਾ ਕਿ ਬਾਦਸ਼ਾਹ ਦੇ ਵਾਸਤੇ ਮੈਨੂੰ ਛੱਡ ਦੋ, ਮੈਨੂੰ ਕੁਝ ਨਾ ਆਖੋ, ਪਰ ਫਿਰ ਵੀ ਉਹਨਾਂ ਨੇ ਬਹੁਤੇ ਤਬ ਮਾਰ ਕਰਾਏ। ਉਹਨਾਂ ਨੇ ਉਸ ਤੋਂ ਜ਼ਿਆਦਾ ਮੈਨੂੰ ਮਾਰਿਆ ਹੈ। ਪਹਿਲਾਂ ਤਾਂ ਮਾਰਦੇ ਰਹੇ, ਜਦੋਂ ਮੈਂ ਆਖਿਆ ਮੈਂ ਬਾਦਸ਼ਾਹ ਕੋਲ ਜਾਵਾਂਗਾ ਤੇ ਮੈਨੂੰ ਛੱਡ ਦੋ, ਤੇ ਬਾਦਸ਼ਾਹ ਜੀ ਉਹਨਾਂ ਨੇ ਤੁਹਾਡਾ ਨਾਮ ਸੁਣਦੇ ਸਾਰ ਮੈਨੂੰ ਹੋਰ ਜ਼ਿਆਦਾ ਮਾਰਿਆ ਸੀ। ਤਕ ਚਮੂ ਗੁਰ ਕੇ ਸੰਗ ਰਹਿ, ਜਿਤਨੀ ਫੌਜ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਹਿੰਦੀ ਹੈ। ਮਮ ਸਮ ਅਪਰਨ ਬਲ ਮੈਂ ਐ, ਬਾਦਸ਼ਾਹ ਜੀ ਮੇਰੇ ਵਰਗਾ ਬਲ ਹੋਰ ਕਿਸੇ ਵਿੱਚ ਨਹੀਂ ਹੈ। ਉਹ ਸਾਰੇ ਜਿਹੜੇ ਜੱਟ ਆਦਿਕ ਹਨ ਆਪਣੇ ਵੱਲੋਂ ਕਹਿ ਰਿਹਾ, ਪਰ ਖਾਲਸਾ ਜੀ ਯੋਧੇ ਹਨ, ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਉਹ ਸੂਰਮੇ ਹਨ, ਉਹ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਭਾਈ ਬਿਧੀ ਚੰਦ ਵਰਗੇ ਉਹਨਾਂ ਦੀ ਰੀਸ ਕਰਨਾ ਚਾਹੁੰਦਾ ਹੈ। ਕਹਿਣ ਲੱਗਾ ਜੀ ਉਹਨੇ ਜਿਹੜੇ ਉਹ ਯੋਧੇ ਹਨ ਨਾ ਉਹ ਮੇਰੀ ਬਰਾਬਰੀ ਨਹੀਂ ਕਰ ਸਕਦੇ, ਮੇਰੇ ਵਰਗਾ ਯੋਧਾ ਉਹਨਾਂ ਵਿੱਚ ਕੋਈ ਕੋਈ ਨਹੀਂ ਹੋਣਾ। ਸੁਨਤ ਕੁਤਬ ਖਾਂ ਕਹਿਤ ਬਨਾਏ, ਜਿਹੜਾ ਜਲੰਧਰ ਦਾ ਸੂਬੇਦਾਰ ਇਹਨੂੰ ਨਾਲ ਲੈ ਕੇ ਆਇਆ ਸੀ ਨਾ ਕੁਤਬ ਖਾਂ, ਜਦੋਂ ਉਹਨੇ ਸੁਣਿਆ ਤੇ ਉਹ ਕਹਿਣ ਲੱਗਾ ਇਸ ਕੋ ਨਾਮ ਰਹੇ ਬਿਦ ਪਾਏ, ਬਾਦਸ਼ਾਹ ਜੀ ਇਹੀ ਪੈਂਦੇ ਖਾਂ ਹੈ,
ਮੈਂ ਇਹਦੀ ਵਡਿਆਈ ਤੁਹਾਡੇ ਕੋਲ ਕਰ ਰਿਹਾ ਸੀ ਤੇ ਇਹਦਾ ਨਾਮ ਸਾਰੇ ਪਾਸੇ ਪ੍ਰਗਟ ਹੈ। ਰਾਣਮੈ ਹੈ ਪ੍ਰਕਰਮ ਕਰੇ ਬਡੇਰੇ, ਇਹਨੇ ਜੰਗ ਦੇ ਮੈਦਾਨ ਵਿੱਚ ਆਪਣਾ ਕਿਤਨਾ ਬਲ ਵਿਖਾਇਆ, ਕਿਤਨੇ ਪਰਾਕਰਮ ਕੀਤੇ, ਕਿਤਨੇ ਬਲ ਕਰਕੇ ਯੋਧੇ ਚੜਾਈ ਕਰਾਏ, ਇਹ ਉਹੀ ਯੋਧਾ ਹੈ। ਹਾੜਗ ਖਤੰਗਨ ਹਤੇ ਕਨੇਰੇ, ਤਲਵਾਰ ਦੇ ਇਹ ਐਸੇ ਜੋਹਰ ਵਿਖਾਏ ਇਸ ਯੋਧੇ ਨੇ, ਤੀਰ ਖਿੱਚ ਖਿੱਚ ਕੇ ਚਲਾਏ ਤੇ ਤੁਹਾਡੇ ਕਈ ਯੋਧੇ ਮਾਰੇ ਹਨ। ਅਬ ਹਜੂਰ ਇਸ ਡੀਲ ਨਿਹਾਰ ਹੋ, ਦੇਖ ਹੀ ਲੋ ਬਾਦਸ਼ਾਹ ਜੀ ਕੈਸੀ ਡੀਲ ਡੋਲ ਇਸ ਯੋਧੇ ਦੀ ਹੈ। ਪਰਮਨਿੰਦ ਨ ਕੋਏ ਵਿਚਾਰ ਹੋ, ਇਹਦੇ ਵਰਗਾ ਹੋਰ ਕੋਈ ਨੀ, ਆਪੇ ਵਿਚਾਰ ਕਰ ਲੋ ਕੈਸਾ ਯੋਧਾ ਹੈ, ਜਿਹਦੀਆਂ ਬਾਹਾਂ ਹਾਥੀ ਦੀ ਸੁੰਡ ਵਰਗੀਆਂ ਹਨ, ਜਿਹਦੇ ਪੱਟ ਜਿਹਦੀਆਂ ਟੰਗਾਂ ਹਾਥੀ ਦੇ ਪੱਟ ਵਰਗੀਆਂ ਹਨ, ਇਹ ਐਸਾ ਯੋਧਾ ਹੈ। ਆਯੁਧ ਵਿਦਿਆ ਜਾਣਤ ਸਾਰੇ, ਬਾਦਸ਼ਾਹ ਜੀ ਇਹ ਸਾਰੀ ਵਿਦਿਆ ਜਾਣਦਾ ਪੱਟੇਬਾਜ਼ੀ ਦੀ, ਕਿਵੇਂ ਤੇਗ ਦਾ ਵਾਰ ਕਰਨਾ, ਕਿਵੇਂ ਵਾਰ ਰੋਕਣਾ, ਕਿਵੇਂ ਘੋੜੇ ਨੂੰ ਜੁੜਾਉਣਾ ਹੈ, ਰੋਕਣਾ ਹੈ, ਇਹ ਸਾਰੀ ਵਿਦਿਆ ਜਾਣਦਾ ਹੈ। ਨਿਜ ਬਚਾਏ ਦੇ ਰਿਪਨ ਪ੍ਰਹਾਰੇ, ਆਪਣਾ ਬਚਾਵ ਕਰਕੇ ਦੁਸ਼ਮਣ ਨੂੰ ਤੇਗ ਦਾ ਵਾਰ ਜਦੋਂ ਕਰਦਾ ਹੈ ਉਸੇ ਵੇਲੇ ਝਟਕਾ ਦਿੰਦਾ ਹੈ। ਨਾਰ ਉਠਾਏ ਪਟਕੈ ਛਿਤਮ, ਬਾਦਸ਼ਾਹ ਜੀ ਇਹਦੀ ਬਹਾਦਰੀ ਹੋਰ ਸੁਣੋ, ਕੁਤਬ ਖਾਂ ਹੋਰ ਮਸਾਲੇ ਲਾ ਰਿਹਾ ਹੈ। ਬਾਦਸ਼ਾਹ ਜੀ ਬਹਾਦਰੀ ਸੁਣੋ ਇਹਦੀ, ਜਦੋਂ ਕਿਸੇ ਬੰਦੇ ਨੂੰ ਚੁੱਕ ਕੇ ਥੱਲੇ ਗਿਰਦਾ ਹੈ ਨਾ, ਉਸੇ ਵੇਲੇ ਬੰਦਾ ਧਰਮ ਦੇ ਕੇ ਮਰ ਜਾਂਦਾ ਹੈ। ਇਹ ਕਿਮ ਅਰਨ ਦੇਹ ਬਲ ਬਾਹੇ, ਐਸਾ ਯੋਧਾ ਆਪਣੇ ਬਲ ਦੇ ਬਾਹਾਂ ਦੇ ਬਾਜੂਆਂ ਦੇ ਬਲ ਕਰਕੇ ਕਿਸੇ ਨੂੰ ਉੜਨ ਦੇਵੇਗਾ, ਭਾਵ ਕਿਸੇ ਨੂੰ ਅੜਨ ਨਹੀਂ ਦੇਵੇਗਾ ਆਪਣੇ ਸਾਹਮਣੇ। ਰਾਣ ਬਾਤਨ ਤੇ ਹਜ਼ਰਤ ਟਰਿਓ, ਇਸ ਤਰ੍ਹਾਂ ਕੁਤਬ ਖਾਨ ਨੇ ਬਹੁਤ ਵਡਿਆਈ ਕੀਤੀ ਨਾ ਪੈਂਦੇ ਖਾਨ ਦੀ, ਤੇ ਇਹ ਗੱਲਾਂ ਸੁਣ ਕੇ ਬਾਦਸ਼ਾਹ ਜਾਪਨਾ ਸ਼ਾਹਜਹਾਂ ਬਹੁਤ ਖਾਲਸਾ ਜਿਹਦਾ ਮਨ ਖੁਸ਼ ਹੋਇਆ ਤੇ ਵਡਿਆਈ ਹੋਰ ਸੁਣਨਾ ਚਾਹੁੰਦਾ ਹੈ। ਹੋਰ ਬੂਝਬੋ ਹੱਸ ਕੇ ਕਰਿਓ, ਫਿਰ ਬਾਦਸ਼ਾਹ ਹੱਸ ਕੇ ਕਹਿਣ ਲਗਾ ਦੱਸ ਪੈਂਦੇ ਖਾਂ ਆਪਣੀ ਹੋਰ ਵਡਿਆਈ ਸੁਣਾ। ਕਹਾਂ ਕਹਾਂ ਕਹੋ ਜੰਗ ਪਰੇ ਹੈ, ਤੁਸੀਂ ਕਿੱਥੇ ਕਿੱਥੇ ਜੰਗ ਕੀਤੇ ਹਨ, ਕਿੱਥੇ ਕਿੱਥੇ ਮੇਰੇ ਯੋਧੇ ਮਾਰੇ, ਉਹਨਾਂ ਬਾਰੇ ਦੱਸੋ। ਕਿਮ ਗੁਰ ਦਿਸਾ ਪ੍ਰਹਾਰ ਕਰੇ ਹੈ, ਕਿਵੇਂ ਤੁਸੀਂ ਗੁਰੂ ਵੱਲ ਹੋ ਕੇ ਸਾਡੇ ਵੱਲ ਪ੍ਰਹਾਰ ਕੀਤਾ ਸੀ, ਉਸ ਬਾਰੇ ਬਿਆਨ ਕਰੋ। ਆਪ ਪੈਂਦੇ ਕਹਿ ਸਕਲ ਸੁਣਾਏ, ਉਸ ਵੇਲੇ ਪੈਂਦੇ ਖਾਂ ਆਪਣੀ ਬਹਾਦਰੀ ਸੁਣਾਉਣ ਲੱਗਾ ਖਾਲਸਾ ਜੀਓ। ਖਲਸ ਖਾਂ ਸੈਨਾ ਯੁਤ ਕਾਏ, ਪੈਂਦੇ ਖਾਂ ਕਹਿਣ ਲੱਗਾ ਬਾਦਸ਼ਾਹ ਜਾਪਨਾ ਜੀ, ਜਦੋਂ ਪਹਿਲੀ ਵਾਰੀ ਤੁਹਾਡਾ ਯੋਧਾ ਮੁਗਲਸ ਖਾਂ ਲਾਹੌਰ ਤੋਂ ਲਗਭਗ 7,000 ਫੌਜ ਲੈ ਕੇ ਆਇਆ ਸੀ, ਗੁਰਪੁਰ ਮਹਿ ਸੰਗਰਾਮ ਉਦਾਰੇ, ਪਹਿਲਾਂ ਜਦ ਜੰਗ ਉੱਥੇ ਮੈਂ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, ਲੋਹਗੜ੍ਹ ਦਾ ਕਿਲਾ ਉੱਥੇ ਪਹਿਲਾਂ ਜੰਗ ਹੋਇਆ,
ਤੇ ਉਸ ਵਿੱਚ ਮੈਂ ਭਾਗ ਲਿਆ ਸੀ। ਹੈ ਮੈਂ ਜੀਤ ਲੀਨ ਗਨ ਮਾਰੇ, ਉੱਥੇ ਮੇਰੇ ਕਰਕੇ ਹੀ ਇਹ ਫਤਿਹ ਹੋਈ ਸੀ। ਮੈਂ ਬਹੁਤ ਯੁੱਧ ਮਾਰੇ, ਤੁਹਾਡੇ ਯੋਧੇ ਮਾਰੇ, ਮੁਗਲਸ ਖਾਂ ਵਰਗੇ ਜਿਹੜੇ ਆਏ ਸਭ ਨੂੰ ਮੈਂ ਚੰਗੀ ਤਰ੍ਹਾਂ ਝਟਕਾਇਆ ਸੀ। ਰੋਹਿਲਾ ਗ੍ਰਾਮ ਮਜਾਰਾ, ਫਿਰ ਦੂਜਾ ਜੰਗ ਹੋਇਆ ਰੋਹਿਲੇ ਪਿੰਡ ਵਿੱਚ, ਉੱਥੇ ਵੀ ਦਲ ਅਬਦੁਲ ਖਾਨ ਸਿਧਾਰਾ, ਉੱਥੇ ਅਬਦੁਲ ਖਾਂ ਤੁਹਾਡਾ ਵੱਡਾ ਯੋਧਾ, ਮੈਂ ਉਹਨੂੰ ਉੱਥੇ ਝਟਕਾਇਆ ਸੀ। ਹਾਂ ਯੁੱਧ ਐਸੋ ਕੁਛ ਭਇਓ, ਉੱਥੇ ਐਸਾ ਯੁੱਧ ਹੋਇਆ ਬਾਦਸ਼ਾਹ ਜੀ, ਹਟ ਜੀਵਤ ਕੋ ਗ੍ਰਹਿ ਨਹਿ ਗਇਓ। ਕੋਈ ਬੰਦਾ ਯੋਧਾ ਤੁਹਾਡਾ ਵਾਪਸ ਜਿੰਦਾ ਨਹੀਂ ਗਿਆ ਖਾਲਸਾ ਜੀ, ਪਰ ਇੱਥੇ ਹੁਣ ਝੂਠ ਬੋਲ ਰਿਹਾ ਹੈ। ਭਾਵੇਂ ਖਾਲਸਾ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੇ ਯੁੱਧ ਚ ਨਾਲ ਰੱਖਿਆ ਇਹਨੂੰ, ਪਰ ਅਗਲੇ ਯੁੱਧ ਚ ਇਹਨੂੰ ਦੂਰ ਕਰਤਾ ਵੀ ਹੰਕਾਰੀ ਬੰਦਾ ਹੈ, ਇਸ ਕਰਕੇ ਆਪਣੀ ਵਡਿਆਈ ਬੇਫਜ਼ੂਲ ਕਰ ਰਿਹਾ ਹੈ। ਕਹਿਣ ਲੱਗਾ ਪੈਂਦੇ ਖਾਂ ਬਾਦਸ਼ਾਹ ਜੀ, ਉਸ ਯੁੱਧ ਵਿੱਚ ਤੁਹਾਡੇ ਮੈਂ ਐਸੇ ਯੋਧੇ ਮਾਰੇ, ਕੋਈ ਵੀ ਯੋਧਾ ਵਾਪਸ ਨਹੀਂ ਗਿਆ ਜਿੰਦਾ। ਹੈ ਪੁਰਸ਼ਾਰਥ ਕੀਨ ਕਨੇਰਾ, ਉੱਥੇ ਮੈਂ ਇਤਨਾ ਪੁਰਸ਼ਾਰਥ ਕੀਤਾ, ਆਪਣਾ ਬਲ ਵਿਖਾਇਆ, ਤੇ ਲਏ ਜਸ ਪਸਰਿਓ ਮੇਰਾ, ਮੈਂ ਹੀ ਫਤਿਹ ਪ੍ਰਾਪਤ ਕੀਤੀ ਬਾਦਸ਼ਾਹ ਜੀ, ਮੇਰੀ ਵਡਿਆਈ ਹਰ ਥਾਂ ਤੇ ਫੈਲ ਗਈ। ਹੁਣ ਰਾਵਰ ਕੇ ਤੁਰੰਗ ਚੁਰਾਏ, ਫਿਰ ਤੁਹਾਡੇ ਜਿਹੜੇ ਦੋ ਘੋੜੇ ਜੋ ਬਿਧੀ ਚੰਦ ਚੁਰਾ ਕੇ ਲੈ ਗਿਆ ਸੀ, ਲੱਲਾ ਬੇਗ ਜੁੱਤ ਕੰਬਰ ਆਏ, ਉੱਥੇ ਲੱਲਾ ਬੇਗ ਦੇ ਸਹਿਤ ਤੁਹਾਡੇ ਕਈ ਯੋਧੇ ਆਏ, ਤੇ ਖਾਲਸਾ ਜੀ ਇਹ ਪੈਂਦੇ ਖਾਂ ਕਹਿਣ ਲੱਗਾ ਉੱਥੇ ਵੀ ਮੈਂ ਭਾਗ ਲਿਆ, ਪਰ ਇਹਨੇ ਭਾਗ ਨਹੀਂ ਲਿਆ ਉੱਥੇ ਖਾਲਸਾ ਜੀ, ਇਸ ਕਰਕੇ ਇੱਥੇ ਵੀ ਝੂਠ ਬੋਲ ਰਿਹਾ ਹੈ। ਮੈਂ ਕਰੇ ਲਥੇਰ ਪਥੇਰਾ, ਉੱਥੇ ਮੈਂ ਐਸੀ ਲਥੇਰ ਪਥੇਰ ਕੀਤੀ, ਭਾਵ ਤੁਹਾਡੇ ਯੋਧੇ ਮੈਂ ਐਸੇ ਥੱਲੇ ਧਰਤੀ ਤੇ ਗੇਰੇ ਸਨ। ਕਟਿਓ ਰਾਵਰ ਕਟਕ ਬਟੇਰਾ, ਤੁਹਾਡਾ ਐਸਾ ਜਿਹੜਾ ਸਾਜੋ ਸਮਾਨ, ਤੁਹਾਡਾ ਲਾਓ ਲਸ਼ਕਰ, ਜਿਹੜਾ ਵੀ ਯੋਧਾ ਅੱਗੇ ਆਉਂਦਾ ਰਿਹਾ ਸਭ ਨੂੰ ਮੈਂ ਵੱਢ ਵੱਢ ਕੇ ਥੱਲੇ ਗੇਰਦਾ ਰਿਹਾ। ਤੇ ਲਏ ਤਿੰਨੋਂ ਬਾਰੇ, ਇਸ ਤਰ੍ਹਾਂ ਤਿੰਨ ਯੁੱਧ ਕੀਤੇ ਤੁਹਾਡੇ ਯੋਧਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ। ਪਹਿਲਾ ਯੁੱਧ ਸ੍ਰੀ ਅੰਮ੍ਰਿਤਸਰ ਸਾਹਿਬ ਸਨ ਖਾਲਸਾ ਜੀ 1628 ਈਸਵੀ ਨੂੰ, ਦੂਜਾ ਯੁੱਧ ਸ੍ਰੀ ਹਰਗੋਬਿੰਦ ਸਾਹਿਬ ਪੁਰੇ ਸਨ 1630 ਈਸਵੀ ਨੂੰ, ਤੀਜਾ ਯੁੱਧ ਖਾਲਸਾ ਜੀ ਇੱਧਰ ਮਾਲਵੇ ਦੇ ਇਲਾਕੇ ਵਿੱਚ ਸਨ 1631 ਈਸਵੀ ਨੂੰ। ਇਹਨਾਂ ਤਿੰਨਾਂ ਯੁੱਧਾਂ ਵਿੱਚ ਪੈਂਦੇ ਖਾਂ ਕਹਿਣ ਲੱਗਾ ਬਾਦਸ਼ਾਹ ਜੀ, ਤੁਹਾਡੇ ਮੈਂ ਐਸੇ ਯੋਧੇ ਝਟਕਾਏ, ਜਿਹੜਾ ਵੀ ਚੜ ਕੇ ਆਇਆ ਸਭ ਨੂੰ ਮਾਰਿਆ ਸੀ। ਹਰ ਗੋਬਿੰਦ ਅਬ ਚਿੰਤ ਬਿਸਾਰੇ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਚਿੰਤਾ ਛੱਡ ਦਿੱਤੀ ਹੈ, ਉਹ ਆਪ ਹੀ ਬੜੇ ਬਲੀ ਹੋਣ ਲੱਗੇ ਹਨ। ਹਰ ਮੇਰੋ ਤ੍ਰਿਸਕਾਰ ਨਿਕਾਰਾ, ਉਹਨਾਂ ਨੇ ਮੇਰਾ ਤ੍ਰਿਸਕਾਰ ਕੀਤਾ, ਮੇਰਾ ਅਨਾਦਰ ਕੀਤਾ, ਮੇਰੀ ਪੱਗ ਵੀ ਲਾਈ, ਮੇਰੇ ਸ਼ਸਤਰ ਵੀ ਖੋਏ, ਮੈਨੂੰ ਬੇਇੱਜ਼ਤ ਕਰਕੇ ਆਪਣੇ ਦਰਬਾਰ ਚੋਂ ਬਾਹਰ ਕੱਢਿਆ ਹੈ। ਰੱਬ ਚੱਕਰੇ ਜਾਨ ਉਦਾਰਾ, ਤੇ ਬਾਦਸ਼ਾਹ ਜੀ ਜਦੋਂ ਜਾਣਿਆ ਉਹਨਾਂ ਨੇ ਕਿ ਮੈਂ ਕਿਤਨੇ ਸਮੇਂ ਤੋਂ ਨੌਕਰੀ ਕਰ ਰਿਹਾ,
ਤੇ ਮੇਰਾ ਪੈਸਾ ਵੀ ਦਿੱਤਾ ਨੀ ਉਹਨਾਂ ਨੇ, ਪੈਸਾ ਜਿਹੜਾ ਮੇਰੇ ਕੋਲ ਸੀ ਉਹ ਵੀ ਖੋ ਲਿਆ। ਚਾਕਰ ਹੁਤੋ ਅਦਬ ਮੈਂ ਰੱਖਾ, ਫਿਰ ਵੀ ਮੈਂ ਅਦਬ ਰੱਖਿਆ ਉਹਨਾਂ ਦਾ। ਪਰ ਇੱਥੇ ਵੀ ਝੂਠ ਬੋਲਦਾ, ਪਹਿਲਾਂ ਵੀ ਝੂਠ ਬੋਲਦਾ ਸੀ, ਹੁਣ ਵੀ ਝੂਠ ਬੋਲਦਾ ਪਿਆ। ਕਹਿਣ ਲੱਗਾ ਬਾਦਸ਼ਾਹ ਜੀ ਮੈਂ ਅਦਬ ਰੱਖਿਆ ਉਹਨਾਂ ਦਾ ਕਿਉਂਕਿ ਮੈਂ ਨੌਕਰ ਸੀ ਉਹਨਾਂ ਦਾ। ਹੈ ਸਨਮੁਖ ਕੁਛ ਉੱਤਰ ਭਾਖਾ, ਉਹਨਾਂ ਦੇ ਸਨਮੁਖ ਮੈਂ ਕੋਈ ਬਚਨ ਨਹੀਂ ਕੀਤਾ। ਪੁਰ ਹੋਤੋ ਅਗਰ ਮਮ ਐਸੇ, ਨਹੀਂ ਤਾਂ ਮੇਰੇ ਸਾਹਮਣੇ ਕੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਤਾਂ ਇਤਨਾ ਬਲੀ ਯੋਧਾ ਹਾਂ। ਜੇ ਕੋਈ ਖੱਖੜੀ ਤੋੜਦਾ ਨਾ ਖਾਲਸੇ, ਭੜਕ ਦੇ ਕੇ ਤੋੜ ਦਿੰਦਾ, ਤੇ ਇਸੇ ਤਰ੍ਹਾਂ ਮੈਂ ਬਾਦਸ਼ਾਹ ਜੀ ਉਹਨਾਂ ਨੂੰ ਮੈਂ ਇਸ ਤਰ੍ਹਾਂ ਤੋੜ ਦਿੰਦਾ, ਕੱਕੜੀ ਵਾਂਗ ਤੋੜ ਕੇ ਪਰੇ ਗਿਰਦਾ ਉਹਨਾਂ ਨੂੰ। ਬਗਾਏ ਨਾ ਲਾਵਤ ਬਾਰੇ, ਮੈਂ ਵਗਾ ਕੇ ਮਾਰਦਾ ਉਹਨਾਂ ਨੂੰ, ਮਾਰ ਕੇ ਵਗਾ ਕੇ ਮਾਰਦਾ, ਦੇਰੀ ਨੀ ਲਗਾਣੀ ਸੀ। ਰਤ ਸੀਸ ਜਿਮ ਫਲ ਟੁੱਟ ਡਾਰੇ, ਉਹਨਾਂ ਦਾ ਸੀਸ ਮੈਂ ਇਸ ਤਰ੍ਹਾਂ ਵੱਢਣਾ ਸੀ ਜਿਵੇਂ ਦਰਖਤ ਤੋਂ ਕਿਸੇ ਡਾਲੀ ਤੋਂ ਕੋਈ ਫਲ ਤੋੜੀਦਾ ਹੈ। ਕਿਆ ਬਲ ਗੁਰ ਕੋ ਮੋਰ ਅਗਾਰੇ, ਬਾਦਸ਼ਾਹ ਜੀ ਮੈਂ ਦੇਖੋ ਕਿਤਨਾ ਵੱਡਾ ਯੋਧਾ, ਤੇ ਮੇਰੇ ਸਾਹਮਣੇ ਕੌਣ ਹੋਣਗੇ ਗੁਰੂ ਹਰਗੋਬਿੰਦ ਸਾਹਿਬ, ਕੈਸਾ ਬਲ ਹੋਵੇਗਾ, ਕੋਈ ਬਲ ਨੀ ਮੇਰੇ ਵਰਗਾ ਉਹਨਾਂ ਵਿੱਚ। ਜਿਸ ਕੋ ਲੋਕ ਹੈ ਭੁਜ ਭਾਰੇ, ਜਿਨ੍ਹਾਂ ਨੂੰ ਸਾਰੀ ਦੁਨੀਆ ਆਖਦੀ ਹੈ ਵੱਡ ਯੋਧਾ ਬਹੁ ਪਰਉਪਕਾਰੀ, ਉਹ ਦੁਨੀਆ ਆਖਦੀ ਹੈ, ਪਰ ਮੇਰੇ ਵਰਗਾ ਯੋਧਾ ਉਹ ਨਹੀਂ ਹੋਣੇ। ਆਬ ਆਵਨ ਕੋ ਹੇਤ ਬਤਾਓ, ਤੇ ਇਸ ਕਰਕੇ ਮੈਂ ਹੁਣ ਤੁਹਾਡੇ ਕੋਲ ਆਇਆ ਹਾਂ, ਤੇ ਤੁਹਾਡੇ ਕੋਲ ਆਉਣ ਦਾ ਮੇਰਾ ਕਾਰਨ ਸੁਣੋ ਜੀ। ਤੁਮ ਸਹਾਇ ਤੇ ਬਦਲਾ ਪਾਵੋ, ਮੇਰੀ ਇਹੀ ਫਰਿਆਦ ਹੈ ਤੁਹਾਡੇ ਕੋਲ, ਮੈਂ ਤੁਹਾਡੀ ਸਹਾਇਤਾ ਚਾਹੁੰਦਾ ਹਾਂ ਬਾਦਸ਼ਾਹ ਜੀ, ਤੁਹਾਡੀ ਫੌਜ ਲੈ ਕੇ, ਤੁਹਾਡਾ ਲਾਓ ਲਸ਼ਕਰ ਲੈ ਕੇ ਮੈਂ ਆਪਣਾ ਬਦਲਾ ਲਵਾਂਗਾ ਗੁਰੂ ਸਾਹਿਬ ਜੀ ਤੋਂ। ਇੱਕ ਤੁਰੰਗ ਰਾਵਰ ਕੋ ਮਰਿਓ, ਬਾਦਸ਼ਾਹ ਜੀ ਤੁਹਾਡਾ ਇੱਕ ਘੋੜਾ ਉਹ ਮਰ ਗਿਆ ਹੈ, ਦੂਸਰ ਹੈ ਤੈਨੂੰ ਟਿਗ ਖਰਿਓ, ਦੂਜਾ ਘੋੜਾ ਉਹਨਾਂ ਕੋਲ ਹੀ ਖੜਿਆ ਹੈ। ਸਮੇਤ ਗੁਰ ਕੋ ਗਹਿ ਲਿਆਵੋ, ਤੁਸੀਂ ਫਿਕਰ ਨਾ ਕਰੋ, ਹੁਕਮ ਕਰੋ, ਘੋੜੇ ਸਮੇਤ ਮੈਂ ਗੁਰੂ ਮਹਾਰਾਜ ਨੂੰ ਚੱਕ ਕੇ ਇੱਥੇ ਲਿਆਵਾਂਗਾ, ਇਤਨਾ ਬਲ ਹੈ ਮੇਰੇ ਵਿੱਚ, ਘੋੜੇ ਸਮੇਤ ਮੈਂ ਫੜ ਕੇ ਲਿਆਵਾਂਗਾ ਉਹਨਾਂ ਨੂੰ। ਜੀਵਕਾ ਪਾਵੋ, ਬਾਦਸ਼ਾਹ ਜੀ ਉਸ ਤੋਂ ਬਾਅਦ ਮੈਂ ਆਪਣੀ ਜੀਵਕਾ, ਆਪਣੀ ਨੌਕਰੀ ਤੁਹਾਡੇ ਕੋਲ ਹੀ ਕਰਾਂਗਾ, ਜੋ ਮੈਂ ਤੁਹਾਡੀ ਤੋਂ ਤਨਖਾਹ ਲੈਣੀ ਹੈ ਉਹ ਬਾਅਦ ਵਿੱਚ ਲਵਾਂਗਾ, ਪਹਿਲਾਂ ਮੈਂ ਫੜ ਕੇ ਲਿਆਵਾਂਗਾ ਘੋੜੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਆਬ ਮੁਝ ਕਉ ਦੇਹੁ ਲਸਕਰ ਸੰਗ, ਬਾਦਸ਼ਾਹ ਜੀ ਮੇਰੀ ਫਰਿਆਦ ਇਹੀ ਹੈ, ਤੇ ਹੁਣ ਮੈਨੂੰ ਆਪਣਾ ਲਾਓ ਲਸ਼ਕਰ ਦਵੋ, ਆਪਣੀਆਂ ਫੌਜਾਂ ਦਵੋ, ਆਪਣੇ ਯੋਧੇ ਦਵੋ ਕਿ ਮੈਂ ਫੜ ਕੇ ਲਿਆਵਾਂ ਗੁਰੂ ਸਾਹਿਬ ਜੀ ਨੂੰ। ਘਰੋਂ ਜਾਏ ਮੈਂ ਦੀਰਗ ਜੰਗ, ਮੈਂ ਇਤਨਾ ਵੱਡਾ ਜੰਗ ਕਰਾਂਗਾ, ਕੋਈ ਯੋਧਾ ਨਹੀਂ ਛੱਡਾਂਗਾ ਉਹਨਾਂ ਦਾ। ਹੋਰ ਕੇ ਗਰ ਦੁਪੱਟਾ ਗਹਿ ਪਾਵੋ, ਬਾਦਸ਼ਾਹ ਜੀ ਫਿਕਰ ਨਾ ਕਰੋ, ਗੁਰੂ ਮਹਾਰਾਜ ਦੇ ਗਲੇ ਵਿੱਚ ਮੈਂ ਦੁਪੱਟਾ ਪਾ ਕੇ
ਗਲ ਵਿੱਚ ਪੜਨਾ ਪਾ ਕੇ ਖਿੱਚ ਕੇ ਲਿਆਵਾਂਗਾ ਉਹਨਾਂ ਨੂੰ, ਆਪ ਕੇ ਨਿਕਟ ਲਿਆਵੋ, ਖਿੱਚ ਕੇ ਤੁਹਾਡੇ ਕੋਲ ਹੀ ਲਿਆਵਾਂਗਾ ਖਾਲਸਾ ਜੀ। ਪਰ ਕੀ ਜਾਣਦਾ ਹੈ ਕਿ ਇਹਨੇ ਵਾਪਸ ਆਉਣਾ ਕਿ ਨਹੀਂ ਆਉਣਾ? ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿਆਲੂ ਵੀ ਹਨ, ਬਖਸ਼ੰਦ ਵੀ ਹਨ, ਤੇ ਜੋਧੇ ਵੀ ਇਤਰੇ ਹਨ। ਜਿਹੜਾ ਕੋਈ ਸਾਹਮਣੇ ਅੜਿਆ ਉਹਨਾਂ ਦੇ, ਉਹ ਝਾੜੀ ਜਾਂਦਾ ਹੈ। ਖਾਨ ਤਬ ਨਾਮ ਕਹਾਉ, ਐ ਬਾਦਸ਼ਾਹ ਜੀ ਮੈਂ ਪ੍ਰਣ ਕਰਨਾ ਕਿ ਮੇਰਾ ਪੈਂਦੇ ਖਾਂ ਨਾਮ ਮੈਂ ਤਾਂ ਹੀ ਕਹਾਵਾਂਗਾ ਜਦੋਂ ਗਲ ਵਿੱਚ ਪੜਨਾ ਪਾ ਕੇ ਘੜੀਸ ਕੇ ਲਿਆਵਾਂਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਪਰ ਇਹਨੂੰ ਕੀ ਪਤਾ, ਇਹਨੇ ਮੁੜ ਕੇ ਰਹਿਣਾ ਹੀ ਨਹੀਂ, ਇਹਦਾ ਪੈਂਦੇ ਖਾਂ ਨਾਮ ਹੀ ਖਤਮ ਹੋ ਜਾਣਾ ਹੈ। ਨਾ ਤੁਰ ਆਏ ਮੈਂ ਮੁਖ ਨਾ ਦਿਖਾਉਂ, ਇਹ ਬਾਦਸ਼ਾਹ ਜੀ ਮੈਂ ਨਹੀਂ ਆਇਆ ਤੇ ਆਪ ਜੀ ਨੂੰ ਆਪਣਾ ਮੁਖੜਾ ਨਹੀਂ ਵਿਖਾਵਾਂਗਾ। ਹੁਣ ਬਹਾਦਰੀ ਕੇ ਬਚ ਸਾਹੋ, ਜਦੋਂ ਬਾਦਸ਼ਾਹ ਨੇ ਇਹਦੀ ਬਹਾਦਰੀ ਸੁਣੀ ਨਾ, ਤੇ ਕੈਸੀ ਬਹਾਦਰੀ ਹੈ ਪੈਂਦੇ ਖਾਂ ਦੀ, ਇਹਨੇ ਤਿੰਨ ਯੁੱਧ ਕੀਤੇ ਤੇ ਤਿੰਨਾਂ ਯੁੱਧਾਂ ਵਿੱਚ ਮੇਰੇ ਕਿਤਨੇ ਯੋਧੇ ਮਾਰੇ ਹਨ। ਆਨੰਦਤ ਹੋਏ ਮਨ ਮਾਹੋ, ਬਾਦਸ਼ਾਹ ਸ਼ਾਹਜਹਾਂ ਬੜਾ ਖੁਸ਼ ਹੋਇਆ ਆਪਣੇ ਮਨ ਵਿੱਚ, ਆਪਣੀ ਸਿਫਤ ਜਥਾ ਤੈ ਬਰਨੇ। ਬਾਦਸ਼ਾਹ ਕਹਿਣ ਲੱਗਾ, ਵਾਹ ਸ਼ਾਬਾਸ਼ ਯੋਧਿਆ ਸ਼ਾਬਾਸ਼, ਜੋ ਤੂੰ ਆਪਣੀ ਵਡਿਆਈ ਕੀਤੀ ਹੈ। ਅਬ ਹੈ ਲਾਇਕ ਸੱਚ ਇਹ ਕਰਨੇ, ਤੇ ਹੁਣ ਤੇਰੇ ਲਾਇਕ ਇਹੀ ਸੱਚ ਕਰਨੀ ਹੈ। ਬੀਲ ਬਿਲੰਦ ਬਲੇ ਬਡ ਬਾਹੋ, ਇਹ ਤਾਂ ਨਜ਼ਰ ਆ ਹੀ ਰਿਹਾ ਹੈ ਕਿ ਤੂੰ ਇਤਨਾ ਵੱਡਾ ਯੋਧਾ ਹੈ, ਤਿਰ ਡੀਲ ਡੋਲ ਵੱਡੇ ਵੱਡੇ ਯੋਧਿਆਂ ਵਰਗੀ ਹੈ, ਤੇਰੇ ਬਲ ਵਿੱਚ ਇਤਨਾ, ਤੇਰੇ ਯੋਧਿਆਂ ਡੋਲਿਆਂ ਵਿੱਚ, ਤੇਰੇ ਪੱਟਾਂ ਵਿੱਚ, ਤੇਰੇ ਸਾਰੇ ਸਰੀਰ ਵਿੱਚ ਇਤਨਾ ਬਲ ਹੈ ਕਿ ਹਾਥੀ ਵੀ ਤੇਰੇ ਬਰਾਬਰ ਕੁਝ ਨਹੀਂ ਹੋਵੇਗਾ। ਤਿਮ ਦਿਖਿਅਤ ਮਨ ਕੋ ਉਤਸਾਹੋ, ਐ ਪੈਂਦੇ ਖਾਂ ਐ ਯੋਧਿਆ ਜੋ ਤੂੰ ਬਿਆਨ ਕਰ ਰਿਹਾ ਉਹ ਦਿਖ ਵੀ ਰਿਹਾ ਹੈ, ਤੇਰੇ ਡੋਲਿਆਂ ਵਿੱਚ ਇਤਨਾ ਬਲ ਹੈ ਉਹ ਸਾਹਮਣੇ ਨਜ਼ਰ ਆ ਰਿਹਾ ਹੈ। ਮਨ ਭਾਵਤ ਲਸ਼ਕਰ ਸਮਦਾਏ, ਤੇ ਤੂੰ ਮੇਰਾ ਮਨ ਭਾਉਂਦਾ ਲਸ਼ਕਰ ਜਿਹੜਾ ਪਹਿਲੇ ਝਟਕਾਇਆ ਸੀ, ਹੁਣ ਇਸ ਤਰ੍ਹਾਂ ਕਰ ਜੋ ਤੈਨੂੰ ਚੰਗਾ ਲੱਗਦਾ ਹੈ। ਆਮਦੈ ਹੈ ਤੂੰ ਸੰਗ ਚੜਾਏ, ਸਾਡੇ ਵੱਲੋਂ ਫੌਜ ਲੈ ਜਾ, ਲਾਓ ਲਸ਼ਕਰ ਲੈ ਜਾ, ਤੋਪਾਂ ਲੈ ਜਾ, ਘੋੜੇ ਲੈ ਜਾ, ਬੰਦੂਕਾਂ ਲੈ ਜਾ, ਹਾਥੀ ਲੈ ਜਾ, ਊਂਠ ਲੈ ਜਾ, ਸਾਡੇ ਯੋਧੇ ਲੈ ਜਾ। ਚਮੋ ਚਮੋ ਸੋ ਮਿਲ ਕੇ ਲੜੈ, ਧਿਆਨ ਰੱਖੀ ਪੈਂਦੇ ਖਾਂ ਫੌਜ ਲੜੇਗੀ ਫੌਜ ਨਾਲ, ਮੇਰੀ ਫੌਜ ਜਿਹੜੀ ਤੇਰੇ ਨਾਲ ਜਾਵੇਗੀ ਨਾ ਉਹ ਲੜੇਗੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਨਾਲ। ਤੁਮ ਪਹੁੰਚੋ ਜਹ ਗੁਰ ਥਿਰ ਅਰ, ਤੇਰਾ ਕੰਮ ਹੈ ਗੁਰੂ ਮਹਾਰਾਜ ਨੂੰ ਫੜ ਕੇ ਲਿਆਉਣਾ ਹੈ, ਤੂੰ ਕਿਸੇ ਫੌਜ ਨਾਲ ਨਹੀਂ ਲੜਨਾ, ਕਿਸੇ ਯੋਧੇ ਨਾਲ ਨਹੀਂ ਲੜਨਾ, ਇੱਕੋ ਯੋਧਾ ਤੇਰੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੂੰ ਉਹਨਾਂ ਨੂੰ ਫੜ ਕੇ ਲਿਆਈ ਮੇਰੇ ਕੋਲ। ਪਰ ਸੁਪਟ ਗੁਰ ਕੇ ਬਲਵੰਤੇ, ਹੋਰ ਜਿਹੜੇ ਗੁਰੂ ਮਹਾਰਾਜ ਦੇ ਯੋਧੇ ਹਨ ਬਲਸ਼ਾਲੀ ਹਨ, ਤੋ ਜਟਿਗ ਪਹੁੰਚ ਨ ਦੇਹੇ ਕਦੰਤੇ, ਜਿਹੜੀ ਮੇਰੀ ਫੌਜ ਹੈ ਤੇਰੇ ਕੋਲ ਉਹਨਾਂ ਨੂੰ ਪਹੁੰਚਣ ਨਹੀਂ ਦੇਵੇਗੀ।
ਮੇਰੀ ਫੌਜ ਬਾਕੀ ਯੁੱਧ ਰੋਕ ਲਵੇਗੀ, ਪਿੱਛੇ ਪਿੱਛੇ ਰੋਕੇਗੀ, ਪਰ ਤੇਰੇ ਸਾਹਮਣੇ ਇੱਕੋ ਹੀ ਹੋਣਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਇਹ ਪੈਂਦੇ ਖਾਂ, ਤੂੰ ਯੁੱਧ ਕਰਨਾ ਉਹਨਾਂ ਨਾਲ। ਤੇਰੋ ਅਰ ਗੁਰ ਕੋ ਰਣ ਦੁੰਦ, ਤੁਹਾਡਾ ਅਤੇ ਗੁਰੂ ਮਹਾਰਾਜ ਦਾ ਜਿਹੜਾ ਭਿਆਨਕ ਜੰਗ ਹੋਵੇਗਾ ਦੋਵਾਂ ਦਾ, ਜੁਟ ਹੋ ਜੋਰ ਕਰ ਬਾਹੋ ਬੁਲੰਦ, ਉੱਥੇ ਬਲ ਵਿਖਾਣਾ ਕਿ ਮੈਂ ਕਿਤਨੇ ਯੋਧਾ ਹਾਂ। ਪੈਂਦੇ ਖਾਂ ਇੱਥੇ ਤਾਂ ਤੂੰ ਡਾਵਾਂ ਡੋਲ ਬੜੀਆਂ ਡੀਲਾਂ ਮਾਰਦਾ, ਬੜੀਆਂ ਡੀਂਗਾਂ ਮਾਰਦਾ, ਆਪਣੀ ਬੜੀ ਬਹਾਦਰੀ ਕਰਦਾ ਹੈ, ਤੇ ਉੱਥੇ ਵਿਖਾਈ ਵੀ ਗੁਰੂ ਹਰਗੋਬਿੰਦ ਸਾਹਿਬ ਤੇਰੇ ਸਾਹਮਣੇ ਹੋਣਗੇ, ਇੱਕ ਪਾਸੇ ਤੂੰ ਹੋਵੇਗਾ, ਦੂਜੇ ਪਾਸੇ ਗੁਰੂ ਮਹਾਰਾਜ ਹੋਣਗੇ, ਤੁਹਾਡੇ ਵਿਚਕਾਰ ਕੋਈ ਹੋਰ ਯੋਧਾ ਨਹੀਂ ਹੋਵੇਗਾ। ਜਿਹੜੇ ਯੋਧੇ ਆਉਣਗੇ ਮੇਰੇ ਸਿਪਾਹੀ ਸਭ ਰੋਕ ਲੈਣਗੇ ਪੈਂਦੇ ਖਾਂ, ਪਰ ਧਿਆਨ ਰੱਖੀ ਉੱਥੇ ਆਪਣੀ ਬਾਹਾਂ ਦਾ ਬਲ ਵਿਖਾਉਣਾ ਹੈ। ਬਲ ਕਰ ਗੁਰ ਕੋ ਗਹਿ ਲਿਆਵੇ, ਪੈਂਦੇ ਖਾਂ ਜੇ ਆਪਣੇ ਬਲ ਕਰਕੇ ਗੁਰੂ ਮਹਾਰਾਜ ਨੂੰ ਫੜ ਕੇ ਲਿਆਵੇਂਗਾ, ਮਨ ਸਭ ਬਾਂਛਤ ਪਾਵੇ, ਜੋ ਮੰਗੇਗਾ ਤੈਨੂੰ ਉਹੀ ਅਹੁਦਾ ਮਿਲੇਗਾ, ਤੈਨੂੰ ਉਹੀ ਪਦਵੀ ਦੇਵਾਂਗਾ, ਪਰ ਇੱਕ ਵਾਰੀ ਗੁਰੂ ਮਹਾਰਾਜ ਨੂੰ ਫੜ ਕੇ ਲਿਆਉਣਾ ਹੈ। ਦਿਲ ਬਾਗ ਸੰਗ ਲੈ ਆਓ, ਪੈਂਦੇ ਖਾਂ ਘੋੜਾ ਵੀ ਨਾਲ ਲੈ ਕੇ ਆਈ, ਉਹ ਦਿਲਬਾਗ ਘੋੜਾ ਜਿਹੜਾ ਉਹਨਾਂ ਕੋਲ ਇੱਕ ਘੋੜਾ ਰਹਿ ਗਿਆ ਉਹ ਨਾਲ ਲੈ ਕੇ ਆਈ। ਬਿਨਾ ਬਿਲੰਬ ਲੇਹੋ ਸਿਰਪਾਓ, ਇਸ ਤਰ੍ਹਾਂ ਕਰ ਬਿਨਾ ਦੇਰੀ ਤੋਂ ਫਿਰ ਹੁਣ ਸਰੋਪਾ ਲੈ ਜਾ ਤੇ ਬਾਅਦ ਚੋ ਆ ਕੇ ਸਰੋਪਾ ਵੀ ਲੈ ਲੀ। ਪੈਂਦੇ ਕਹਿਓ ਹਜੂਰ ਅਗਾਰੇ, ਪੈਂਦੇ ਖਾਂ ਆਪਣੀ ਬਹਾਦਰੀ ਸੁਣ ਕੇ ਫਿਰ ਬਾਦਸ਼ਾਹ ਦੇ ਸਾਹਮਣੇ ਕਹਿਣ ਲਗਾ, ਕਰ ਹੰਕਾਰ ਨਾ ਕੂਰ ਉਚਾਰੇ, ਪੈਂਦੇ ਖਾਂ ਆਪਣੇ ਆਪ ਤੇ ਬੜਾ ਹੰਕਾਰ ਕਰਦਾ ਤੇ ਹੰਕਾਰ ਕਰ ਕਹਿਣ ਲਗਾ, ਪੈਂਦੇ ਖਾਂ ਕਹਿਣ ਲਗਾ ਬਾਦਸ਼ਾਹ ਜੀ ਮੈਂ ਆਪ ਜੀ ਨੂੰ ਝੂਠ ਨਹੀਂ ਕਹਿੰਦਾ, ਹਾਲ ਅਵਸਥਾ ਤੇ ਮੈਂ ਸੰਗ, ਬਚਪਨ ਤੋਂ ਮੈਂ ਗੁਰੂ ਮਹਾਰਾਜ ਦੇ ਨਾਲ ਹੀ ਰਿਹਾ ਹਾਂ, ਲਖੋ ਡੀਲ ਬਲ ਜੇਤਕ ਅੰਗ, ਤੁਸੀਂ ਵੇਖਦੇ ਪਏ ਹੋ ਮੇਰੀ ਕਿਤਨੀ ਡੋਲ ਡੀਲ ਡੋਲ ਹੈ, ਕਿਤਨੇ ਮੇਰੇ ਬਾਹੂ ਬਾਜਿਆ ਡੋਲਿਆਂ ਦਾ ਬਲ ਹੈ, ਮੇਰਾ ਕਿਤਨਾ ਸਰੀਰ ਹੈ, ਜਿਤਨਾ ਮੇਰਾ ਬਲ ਹੈ ਇਹ ਬਚਪਨ ਤੋਂ ਹੀ ਇਹ ਬਣ ਰਿਹਾ ਹੈ। ਏਤ ਜੀਵਕਾ ਰਹੇ ਬੰਧਾਵਤ, ਤੇ ਮੈਂ ਆਪਣੀ ਜੀਵਕਾ ਵਾਸਤੇ ਉਹਨਾਂ ਦੇ ਕੋਲ ਹੀ ਰਿਹਾ ਸੀ, ਮੈਂ ਦਬ ਜਾਤ ਜੇ ਓਜ ਲਗਾਵਤ, ਉਸ ਵੇਲੇ ਮੈਂ ਆਪਣਾ ਇਤਨਾ ਬਲ ਲਗਾਉਂਦਾ, ਰਾਵਰ ਹੱਥ ਧਰੋ ਸਿਰ ਮੇਰੇ, ਪੈਂਦੇ ਖਾ ਕਹਿਣ ਲਗਾ ਬਾਦਸ਼ਾਹ ਜੀ ਹੁਣ ਇਹ ਬਲ ਮੇਰੇ ਵਿੱਚ ਅਜੇ ਵੀ ਹੈ, ਤੁਸੀਂ ਆਪਣਾ ਮਿਹਰ ਭਰਿਆ ਹੱਥ ਮੇਰੇ ਸੀਸ ਤੇ ਧਰੋ, ਆਪ ਲਿਆਵੋ ਗਹਿ ਗੁਰੂ ਅਗੇਰੇ, ਤੇ ਹੁਣ ਮੈਂ ਗੁਰੂ ਮਹਾਰਾਜ ਨੂੰ ਫੜ ਕੇ ਤੁਹਾਡੇ ਸਾਹਮਣੇ ਲੈ ਕੇ ਆਉਣਾ ਹਾਂ। ਸੁਣ ਸਾਹੀ ਕਰ ਸਾਰਤ, ਤੇ ਇਸ ਤਰ੍ਹਾਂ ਸੁਣ ਕੇ ਬਾਦਸ਼ਾਹ ਕਹਿਣ ਲੱਗਾ ਹੁਣ ਚੁੱਪ ਹੋ ਜਾ, ਉਹਨੇ ਇਸ਼ਾਰਾ ਕੀਤਾ ਹੁਣ ਨਾ ਬੋਲੀ, ਤੇ ਬਾਦਸ਼ਾਹ ਕਹਿਣ ਲੱਗਾ ਚੁੱਪ ਹੋ ਜਾ ਇਸ਼ਾਰੇ ਦੁਆਰਾ, ਸੁਣ ਰਹੋ ਸਮਝਾਏ ਵਿਚਾਰਤ, ਇਸ ਤਰ੍ਹਾਂ ਬਾਦਸ਼ਾਹ ਨੇ ਜਦੋਂ ਇਸ਼ਾਰਾ ਕੀਤਾ ਭਾਈ ਪੈਂਦੇ ਖਾਂ ਹੁਣ ਚੁੱਪ ਹੋ ਜਾ, ਫਿਰ ਉਮਰਾਵ
ਟੁੱਟੇ ਸਮਾਏ। ਜਿਹੜੇ ਜਿਹੜੇ ਕਚਹਿਰੀ ਵਿੱਚ ਬਾਦਸ਼ਾਹ ਦੀ ਖਾਲਸਾ ਜੀ ਵੱਡੇ ਵੱਡੇ ਯੋਧੇ ਉਰਾ ਬੈਠੇ ਸਨ, ਸਭਾ ਵਿਖੇ ਸਭ ਹੁਣ ਸੁਣਾਏ। ਬਾਦਸ਼ਾਹ ਸ਼ਾਹਜਹਾਂ ਆਪਣੀ ਸਭਾ ਵਿੱਚ ਸਭ ਨੂੰ ਕਹਿ ਕੇ ਸੁਣਾਉਣ ਲਗਾ, ਲਗਨ ਤੇਗ ਅਰਪਾਨਨ ਬੀਰਾ। ਬਾਦਸ਼ਾਹ ਕਹਿਣ ਲਗਾ ਇਹ ਹੈ ਨੰਗੀ ਤੇਗ ਤੇ ਇਹ ਹੈ ਪਾਨਾ ਦਾ ਬੀੜਾ, ਕੋਈ ਐਸਾ ਯੋਧਾ ਹੈ। ਰੋ ਆਨ ਕਰ ਵਿੱਚ ਬੜ ਬੀਰਾ, ਐ ਮੇਰੇ ਯੋਧਿਓ ਹੁਣ ਇੱਕ ਨੰਗੀ ਤੇਗ ਵਧੀਆ ਫਲਾਦੀ ਤੇਗ ਲੈ ਕੇ ਆਓ ਤੇ ਪਾਨਾ ਦਾ ਬੀੜਾ ਲੈ ਕੇ ਆਓ, ਦਰਬਾਰ ਦੇ ਵਿੱਚ ਧਰੋ ਹੁਣੇ ਹੀ। ਤੇ ਜਿਹੜੀ ਉਹ ਨੰਗੀ ਤੇਗ ਉਤਸ਼ਾਹ ਪੈਦਾ ਕਰਨ ਵਾਲੀ ਹੈ ਜੰਗ ਲਈ, ਕਿ ਨੰਗੀ ਤੇਗ ਦਾ ਅਰਥ ਹੀ ਹੈ ਜਦੋਂ ਤੇਗ ਮਿਆਨ ਤੋਂ ਬਾਹਰ ਆ ਜਾਵੇ ਤਾਂ ਖੂਨ ਹੀ ਮੰਗਦੀ ਹੈ ਖਾਲਸਾ ਜੀ। ਇਹ ਜੰਗ ਲਈ ਪ੍ਰਤੀਕ ਹੈ, ਨੰਗੀ ਤੇਗ ਤੇ ਪਾਨਾ ਦਾ ਬੀੜਾ ਚਬਾਣਾ ਇਹ ਜੰਗ ਦਾ ਪ੍ਰਤੀਕ ਹੈ। ਹਰ ਗੋਬਿੰਦ ਪਰ ਚੜ ਬੋਕਰ, ਤੇ ਐਸਾ ਕੋਈ ਯੋਧਾ ਹੈ ਜਿਹੜਾ ਆਪਣੇ ਬਲ ਕਰਕੇ ਨੰਗੀ ਤੇਗ ਉਠਾਵੇ ਤੇ ਫੌਜ ਲੈ ਕੇ ਚੜਾਈ ਕਰੇ ਗੁਰੂ ਮਹਾਰਾਜ ਜੀ ਉੱਤੇ, ਤੇ ਇਸ ਪੈਂਦੇ ਖਾਂ ਦੇ ਨਾਲ ਆਪਣੀ ਫੌਜ ਲੈ ਕੇ ਜਾਵੇ। ਅਰ ਬਹਾਦੁਰੇ ਅਰ ਕੋ ਮਾਰ, ਤੇ ਆਪਣੀ ਬਹਾਦਰੀ ਕਰਕੇ ਦੁਸ਼ਮਣ ਨੂੰ ਕੋਈ ਮਾਰੇਗਾ, ਐਸਾ ਯੋਧਾ ਹੈ ਕੋਈ। ਤਿੰਨ ਵਾਰ ਕਰ ਰਾਰ ਉਦਾਰ, ਤਿੰਨ ਵਾਰੀ ਬਾਦਸ਼ਾਹ ਨੇ ਉੱਚੀ ਆਵਾਜ਼ ਵਿੱਚ ਆਖਿਆ ਖਾਲਸਾ ਜੀ, ਮਰਾਵ ਚੜਿਓ ਸੋ ਮਾਰਾ। ਸਭ ਨੂੰ ਪਤਾ ਸੀ ਕਿ ਜਿਹੜਾ ਉਮਰਾਵ ਪਹਿਲਾਂ ਚੜ ਕੇ ਗਿਆ ਗੁਰੂ ਮਹਾਰਾਜ ਜੀ ਉੱਤੇ ਚੜਾਈ ਕਰਕੇ ਗਿਆ, ਫੌਜ ਲੈ ਕੇ ਗਿਆ, ਉਹ ਖਾਲੀ ਵਾਪਸ ਨਹੀਂ ਆਇਆ, ਉਹ ਮਰ ਕੇ ਹੀ ਆਇਆ ਹੈ। ਇਸ ਪਠਾਨ ਕੇ ਪਲ ਕਰ ਜੀਤਾ, ਤੇ ਹੁਣ ਜਿਹੜੇ ਜਿਹੜੇ ਪਠਾਨ ਸਾਡੇ ਪਹਿਲਾਂ ਯੋਧੇ ਗਏ ਤੇ ਗੁਰੂ ਮਹਾਰਾਜ ਦੀ ਜਿੱਤ ਹੋਈ ਇਸ ਪਠਾਨ ਕਰਕੇ, ਇਸ ਪੈਂਦੇ ਖਾਂ ਯੋਧੇ ਕਰਕੇ। ਅਬ ਕੇ ਗਹ ਲੀਜੈ ਦੇ ਪੀਤਾ, ਐ ਯੋਧਿਓ ਹੁਣ ਡਰ ਛੱਡ ਦੋ, ਹੁਣ ਇਹ ਪੈਂਦੇ ਖਾਂ ਤੁਹਾਡੇ ਵੱਲ ਹੈ ਤੇ ਤੁਹਾਡੇ ਵੱਲ ਹੋ ਕੇ ਯੁੱਧ ਕਰੇਗਾ। ਇਸ ਪ੍ਰਕਾਰ ਸਭ ਸਭਾ ਮਜਾਰਾ, ਇਸ ਤਰ੍ਹਾਂ ਸਾਰੀ ਸਭਾ ਵਿੱਚ ਜਦੋਂ ਬਾਦਸ਼ਾਹ ਨੇ ਲਗਭਗ ਤਿੰਨ ਵਾਰੀ ਇਹ ਉੱਚੀ ਆਵਾਜ਼ ਵਿੱਚ ਆਖਿਆ ਹੈ, ਤੀਨ ਬਾਰ ਜਬ ਸਾਹ ਉਚਾਰਾ, ਜਦੋਂ ਸ਼ਾਹਜਹਾਂ ਨੇ ਤਿੰਨ ਵਾਰੀ ਇਹ ਉਚਾਰਨ ਕੀਤਾ, ਖਲਸ ਖਾਨ ਪ੍ਰਾਤ ਇੱਕ ਹੈ। ਪਹਿਲੇ ਯੁੱਧ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਯੋਧਾ ਝਟਕਾਇਆ ਸੀ ਮੁਗਲਸ ਖਾਨ ਖਾਲਸਾ ਜੀ, ਉਹ ਤੇ ਮੁਗਲਸ ਖਾਨ ਦਾ ਖਾਲਸਾ ਜੀ ਭਰਾ ਸੀ ਤੇ ਉਹਦੇ ਬਾਰੇ ਬਿਆਨ ਕਰਦੇ ਹਨ, ਕਾਲੇ ਖਾਨ ਨਾਮ ਜਗਕ ਹੈ, ਜਿਹਨੂੰ ਸਾਰੀ ਦੁਨੀਆ ਕਾਲੇ ਖਾਂ ਕਹਿੰਦੀ ਹੈ। ਇਹ ਕਾਲੇ ਖਾਂ ਮੁਗਲਸ ਖਾਂ ਦਾ ਭਰਾ, ਜਿਹਨੂੰ ਸਾਰੀ ਦੁਨੀਆ ਕਾਲੇ ਖਾਂ ਕਹਿੰਦੀ ਹੈ। ਸੂਬਾ ਪੁਰ ਪਿਸ਼ੌਰ ਕੋ ਭਾਰਾ, ਪਿਸ਼ੌਰ ਸੂਬੇ ਦਾ ਇਹ ਸੂਬੇਦਾਰ ਹੈ ਖਾਲਸਾ ਜੀ, ਉਹ ਕਾਲੇ ਖਾਂ ਪਿਸ਼ੌਰ ਦਾ ਰਹਿਣ ਵਾਲਾ ਉਥੇ ਦਾ ਸੂਬੇਦਾਰ ਹੈ। ਸੈਨਾ ਸੰਗ 50,000, ਆਖੋ ਸਤਨਾਮ, ਵਾਹਿਗੁਰੂ, 5,000 50,000
50,000 ਫੌਜ ਇਹਦੇ ਨਾਲ ਰਹਿੰਦੀ ਹਰ ਵੇਲੇ ਖਾਲਸਾ ਜੀਓ। ਪਹਿਲੀ ਫੌਜ ਵਿੱਚ ਮੁਗਲ ਸਿੱਖਾਂ 7,000 ਯੋਧੇ ਲੈ ਕੇ ਆਇਆ ਤੇ ਇਹਦੇ ਕੋਲ ਤਾਂ 50,000 ਯੋਧੇ ਹਨ ਖਾਲਸਾ ਜੀਓ। ਤਿੰਨ ਸੁਣ ਕੇ ਔਰ ਵੇਖੇ ਵਿਚਾਰਾ, ਐਸਾ 50,000 ਸੂਰਮਾ ਜਦੋਂ ਕਾਲੇ ਖਾਂ ਨੇ ਸੁਣਿਆ ਤੇ ਸੁਣ ਕੇ ਵਿਚਾਰ ਕਰਨ ਲਗਾ, ਰਾਤ ਮਰੇ ਕੋ ਬੈਰ ਸੰਭਾਰਾ, ਹੁਣ ਸਮਾਂ ਹੈ ਕਿ ਮੇਰਾ ਭਰਾ ਮਾਰਿਆ ਸੀ ਗੁਰੂ ਮਹਾਰਾਜ ਨੇ, ਹੁਣ ਬਦਲਾ ਲਵਾਂ ਉਹਨਾਂ ਤੋਂ। ਤਿਸ ਕੋ ਪਲਟ ਮੈਂ ਨਹਿ ਲੈਨੋ, ਅਜੇ ਤੱਕ ਮੈਂ ਬਦਲਾ ਨਹੀਂ ਲਿਆ ਆਪਣੇ ਭਰਾ ਦਾ ਮੁਗਲ ਖਾਂ ਦਾ ਗੁਰੂ ਮਹਾਰਾਜ ਜੀ ਤੋਂ। ਹਾਨ ਬ੍ਰਿੰਦ ਸਭ ਪੱਖ ਹੈ ਹੀਨੋ, ਤੇ ਮੇਰੇ ਜਿਹੜੇ ਖਾਨ ਯੋਧੇ ਹਨ ਇਹੀ ਆਖਦੇ ਕਿ ਇਹ ਤਾਂ ਕਾਲੇ ਖਾਂ ਕਾਇਰ ਹੈ, ਇਹ ਬੁਜ਼ਦਿਲ ਹੈ, ਅਜੇ ਤੱਕ ਇਹ ਬਦਲਾ ਨਹੀਂ ਲੈ ਰਿਹਾ। ਅਬ ਅਬ ਕਾਸ ਭਲੋ ਮੁਝ ਪਾਵੈ, ਸੋਚ ਰਿਹਾ ਕਾਲੇ ਖਾਂ ਹੁਣ ਮੈਨੂੰ ਸਮਾਂ ਮਿਲਿਆ ਹੈ ਆਪਣੀ ਬਹਾਦਰੀ ਵਿਖਾਣ ਦਾ, ਇਹ ਬਦਲਾ ਲੈਣ ਦਾ ਹੁਣ ਹੀ ਸਮਾਂ ਮਿਲਿਆ ਹੈ। ਹਾਂ ਗੁਰੂ ਕੋ ਸਾਹ ਪਠਾਵੈ, ਹੁਣ ਤਾਂ ਬਾਦਸ਼ਾਹ ਖੁਦ ਭੇਜ ਰਿਹਾ ਤੇ ਗੁਰੂ ਮਹਾਰਾਜ ਨੂੰ ਫੜਾਂਗਾ ਜਾਂ ਉੱਥੇ ਹੀ ਝਟਕਾ ਦੇਵਾਂਗਾ। ਇੱਕ ਤਾਉ ਹਜ਼ਰਤ ਕਾਰਜ ਹੈ, ਮੇਰੇ ਤਿੰਨ ਫਾਇਦੇ ਹਨ। ਇੱਕ ਤਾਂ ਹਜ਼ਰਤ ਬਾਦਸ਼ਾਹ ਖੁਦ ਕਹਿ ਰਹੇ ਕਿ ਜਿਹੜਾ ਯੋਧਾ ਜਾਵੇਗਾ ਉਹਨੂੰ ਉੱਚਾ ਮਰਾਤਬਾ ਮਿਲੇਗਾ, ਉਹਦੀ ਪਦਵੀ ਉੱਚੀ ਹੋਵੇਗੀ, ਤੇ ਇਹ ਸਮਾਂ ਹੈ ਹੁਣ ਬਾਦਸ਼ਾਹ ਦਾ ਕਹਿਣਾ ਮੰਨ ਲਈਏ। ਤੇ ਜਸ ਮੇਰੋ ਜਾਗਰ ਹੈ, ਤੇ ਦੂਜੀ ਮੇਰੀ ਵਡਿਆਈ ਦੁਨੀਆਂ ਵਿੱਚ ਰਹੇਗੀ ਰਹੇਗੀ। ਦੇਖੋ ਜੀ, ਇਹ ਪੈਂਦੇ ਖਾਂ ਦਾ ਨਾਲ ਸੰਗੀ ਸਾਥੀ ਗਿਆ ਕਾਲੇ ਖਾਂ, ਇਹਨੇ ਹੀ ਜੰਗ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ। ਤ੍ਰਿਤੀਏ ਪਲਟਾ ਮੁਗਲ ਸਖਾਂ, ਤੇ ਤੀਜਾ ਜਿਹੜਾ ਬਦਲਾ ਲੈਣਾ ਹੈ ਆਪਣੇ ਭਰਾ ਮੁਗਲ ਸਖਾਂ ਦਾ, ਹੁਣ ਇਹ ਸਮਾਂ ਨੇੜੇ ਆ ਗਿਆ ਹੈ। ਇਮ ਮੇਰੋ ਹੋਏ ਕਾਜ ਮਹਾਨ, ਇਸ ਤਰ੍ਹਾਂ ਮੇਰਾ ਫਾਇਦਾ ਹੀ ਫਾਇਦਾ ਹੋਵੇਗਾ, ਮੇਰਾ ਕਾਰਜ ਵੀ ਹੋ ਜਾਵੇਗਾ ਤੇ ਮੈਨੂੰ ਲਾਭ ਵੀ ਹੋਵੇਗਾ। ਉੱਠ ਕਰ ਜੋਰਤ ਬੋਲਿਓ ਸੋਏ, ਸਾਰੀ ਸਭਾ ਵਿੱਚ ਵਿਚਾਰ ਕਰਕੇ ਕਾਲੇ ਖਾਂ ਹੱਥ ਜੋੜ ਕੇ ਉੱਠਿਆ ਹੈ ਤੇ ਕਹਿਣ ਲਗਾ, ਹਜ਼ਰਤ ਹੁਕਮ ਮੋਹੇ ਕਉ ਹੋਏ, ਐ ਬਾਦਸ਼ਾਹ ਜੀ ਮੈਨੂੰ ਇਹੀ ਲੱਗਦਾ ਇਹ ਤੁਹਾਡਾ ਹੁਕਮ ਮੇਰੇ ਉੱਤੇ ਹੈ, ਹੁਣ ਮੈਂ ਜਾਵਾਂਗਾ ਤੁਹਾਡਾ ਇਹ ਹੁਕਮ ਪ੍ਰਵਾਨ ਕਰਨ ਲਈ, ਇਸ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਹਾਂ। ਸਕਲ ਜੰਗ ਕਰ ਕੇ ਹੈ, ਬਾਦਸ਼ਾਹ ਜੀ ਫਿਕਰ ਨਾ ਕਰੋ, ਗੁਰੂ ਮਹਾਰਾਜ ਦੀ ਸਾਰੀ ਫੌਜ ਮੈਂ ਜੰਗ ਵਿੱਚ ਮਾਰ ਕੇ ਸਭ ਨੂੰ ਖਤਮ ਕਰ ਦੇਵਾਂਗਾ। ਹਰ ਗੋਬਿੰਦ ਜੀਵਤ ਗਹਿ ਲੈ ਹੈ, ਜੀਂਦੇ ਜੀ ਗੁਰੂ ਮਹਾਰਾਜ ਨੂੰ ਫੜ ਕੇ ਤੁਹਾਡੇ ਕੋਲ ਲਿਆਵਾਂਗਾ। ਨਿਕਟ ਆਪ ਕੇ ਜਦ ਹਮ ਲਿਆਵੈ, ਜਦੋਂ ਬਾਦਸ਼ਾਹ ਜੀ ਗੁਰੂ ਮਹਾਰਾਜ ਫੜ ਕੇ ਤੁਹਾਡੇ ਕੋਲ ਲਿਆਵਾਂਗੇ ਫਿਰ ਤੁਸੀਂ ਵੇਖਣਾ, ਰਾਤ ਮਰੇ ਕੇ ਕਰਕ ਮਿਟਾਵੈ, ਜਿਹੜਾ ਮੇਰਾ ਭਰਾ ਮਾਰਿਆ ਨਾ ਮੁਗਲ ਸਿੱਖਾਂ ਗੁਰੂ ਮਹਾਰਾਜ ਜੀ ਨੇ ਮਾਰਿਆ ਸੀ ਉਹ ਮੇਰੇ ਹਿਰਦੇ ਚ ਅਜੇ ਕੜਕ ਹੈ। ਕਰਕ ਕਰੇ ਜੇ ਮਾਹੇ, ਇਹ ਕੜਕ ਖਾਲਸਾ ਜੀ ਨਫ਼ਰਤ ਹੈ, ਇਹ ਈਰਖਾ ਹੈ,
ਇਹ ਅੱਗ ਭਰੀ ਹੈ, ਇਹ ਤਾਂ ਹੀ ਅੱਗ ਖਤਮ ਹੋਵੇਗੀ। ਜਵਾਲ ਪ੍ਰਕਾਸ਼ੇ, ਮੇਰਾ ਹਿਰਦਾ ਅਜੇ ਵੀ ਕੜਕ ਰਿਹਾ ਹੈ, ਅੰਦਰ ਅੱਗ ਬਲਦੀ ਪਈ ਹੈ, ਇਹ ਅੱਗ ਤਾਂ ਹੀ ਬੁਝੇਗੀ ਜਦੋਂ ਮੈਂ ਗੁਰੂ ਮਹਾਰਾਜ ਨੂੰ ਫੜ ਕੇ ਲਿਆਵਾਂਗਾ। ਓ ਸਭ ਗੁਰ ਪਰ ਕਰ ਨਿਕਾਸੇ, ਬਾਦਸ਼ਾਹ ਜੀ ਆਪਣੇ ਹਿਰਦੇ ਦੀ ਅੱਗ ਮੈਂ ਕੱਢਾਂਗਾ ਗੁਰੂ ਮਹਾਰਾਜ ਜੀ ਉੱਤੇ। ਇਸ ਦਿਨ ਸੁਪਤੋ ਨੀਂਦ ਸੁਖਾ, ਜਦੋਂ ਫੜ ਕੇ ਲਿਆਵਾਂਗਾ ਉਸ ਦਿਨ ਮੈਂ ਚੰਗੀ ਨੀਂਦ ਸੋਵਾਂਗਾ, ਸੁਖ ਦੇ ਸਹਿਤ ਸੋਵਾਂਗਾ, ਉਦੋਂ ਮੈਨੂੰ ਆਨੰਦ ਆਵੇਗਾ। ਹਰ ਗੋਬਿੰਦ ਗਹਿਲੇ ਹੋ ਕੇ ਮਾਰੇ, ਜਾਂ ਤਾਂ ਫੜ ਲਵਾਂਗਾ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੰਦਾ ਫੜ ਕੇ ਲਿਆਵਾਂਗਾ, ਜਾਂ ਉੱਥੇ ਹੀ ਮਾਰਾਂਗਾ। ਸੁਣਤ ਸਾਹ ਤਬ ਹਰਖ ਵਧਾਵੇ, ਜਦੋਂ ਬਾਦਸ਼ਾਹ ਨੇ ਸੁਣਿਆ ਤੇ ਬਾਦਸ਼ਾਹ ਬੜਾ ਖੁਸ਼ ਹੋਇਆ। ਖਾਲਸਾ ਜੀਓ ਆਲੇ ਖਾਂ ਇਮਹੀ ਬਨ ਆਵੇ, ਬਾਦਸ਼ਾਹ ਕਹਿੰਦਾ ਕਾਲੇ ਖਾਂ ਤੇਰੇ ਤੇ ਮੈਨੂੰ ਇਹੀ ਭਰੋਸਾ ਹੈ, ਸ਼ਾਬਾਸ਼ ਮੇਰੇ ਜੋਧਿਆ, ਸ਼ਾਬਾਸ਼, ਇਹੀ ਭਰੋਸਾ ਤੇਰੇ ਉੱਤੇ ਹੈ ਮੈਨੂੰ। ਖਾਨ ਕੇ ਸੰਗ ਸਿਧਾਵੋ, ਤੁਸੀਂ ਪੈਂਦੇ ਖਾਂ ਦੇ ਨਾਲ ਮੇਰੀ ਫੌਜ ਲੈ ਜਾਓ। ਸਜਹੋ ਸੈਨ ਦੁੰਦ ਬਜਵਾਵੋ, ਇਸ ਤਰ੍ਹਾਂ ਕਰੋ ਸਾਰੀ ਫੌਜ ਤਿਆਰ ਬਰ ਤਿਆਰ ਕਰ ਲੋ ਤੇ ਜੰਗ ਦਾ ਨਗਾਰਾ ਵਜਵਾਓ। ਇਹ ਸੁਣ ਕਾਲੇ ਖਾਂ ਰਖਾਇਓ, ਇਹ ਸੁਣ ਕੇ ਖਾਲਸਾ ਜੀ ਕਾਲੇ ਖਾਂ ਬੜਾ ਖੁਸ਼ ਹੋਇਆ। ਕਰ ਸਲਾਮ ਕੋ ਸੀਸ ਚੁਕਾਇਓ, ਕਾਲੇ ਖਾਂ ਨੇ ਖਾਲਸਾ ਜੀ ਬਾਦਸ਼ਾਹ ਨੂੰ ਸਲਾਮ ਕੀਤਾ ਤੇ ਸਲਾਮ ਕਰਕੇ ਸੀਸ ਝੁਕਾ ਰਿਹਾ ਹੈ। ਨਗਨ ਤੇਗ ਵਿੱਚ ਸਭਾ ਉਠਾਏ, ਸਭਾ ਵਿੱਚ ਨੰਗੀ ਤੇਗ ਪਈ ਸੀ, ਉਹ ਇਹੀ ਪ੍ਰਤੀਕ ਦੇ ਰਹੀ ਸੀ ਵੀ ਹੈ ਕੋਈ ਯੋਧਾ ਜਿਹੜਾ ਜੰਗ ਕਰੇ ਗੁਰੂ ਮਹਾਰਾਜ ਜੀ ਨਾਲ। ਜਦੋਂ ਇਸ ਕਾਲੇ ਖਾਂ ਨੇ ਤੇਗ ਉਠਾਈ ਖਾਲਸਾ ਜੀਓ, ਪਾਨਨ ਬੀੜਾ ਲੀਨ ਚਬਾਏ, ਪਾਨਾ ਦਾ ਬੀੜਾ ਆਪਣੇ ਮੁਖ ਚ ਪਾ ਕੇ ਨੇ ਚਬਾਇਆ ਹੈ। ਦੇਖ ਉਤਸਾਹ ਸਾ ਤਿਸ ਕਾਲਾ, ਜਦੋਂ ਐਸਾ ਉਤਸ਼ਾਹ ਵੇਖਿਆ ਸਾਰੇ ਯੋਧਿਆਂ ਨੇ ਇਸ ਦਾ, ਸਿਰੇ ਪਾਓ ਮੰਗਵਾਏ ਬਿਸਾਲਾ। ਉਸ ਵੇਲੇ ਬਾਦਸ਼ਾਹ ਨੇ ਖਾਲਸਾ ਜੀ ਬਹੁਤ ਜ਼ਿਆਦਾ ਸਰੋਪੇ ਮੰਗਾਏ। ਸਰੋਪਾ ਕੈਸਾ ਮੰਗਾਇਆ, ਇੱਕ ਐਸੀ ਖਿਲਤ ਮੰਗਾਈ ਖਾਲਸਾ ਜੀ, ਲਗਭਗ ਲੱਖ ਸਵਾ ਲੱਖ ਦਾ ਖਾਲਸਾ ਜੀ ਬਾਦਸ਼ਾਹ ਨੇ ਇਸ ਸਰੋਪੇ ਦੀ ਸਾਰੀ ਖਿਲਤ ਮੰਗਵਾਈ। ਉਹ ਕੀ ਬਾਦਸ਼ਾਹ ਸਰੋਪਾ ਦੇਵੇਗਾ ਇਸ ਕਾਲੇ ਖਾਂ ਨੂੰ, ਤੇ ਨਾਲ ਇਹਦੇ ਕਿਹੜੇ ਕਿਹੜੇ ਯੋਧੇ ਜਾਣਗੇ। ਖੋਜਾ ਅਨਵਰ ਖਾਂ, ਉਹ ਮਿੱਤਰ ਸੀ ਮੁਗਲਸ ਖਾਂ ਦਾ, ਉਹ ਵੀ ਨਾਲ ਜਾਵੇਗਾ। ਇੱਧਰ ਪੈਂਦੇ ਖਾਂ, ਅਸਮਾਨ ਖਾਂ, ਜਲੰਧਰ ਦਾ ਸੂਬੇਦਾਰ, ਕੁਤਬ ਖਾਂ, ਇਹ ਪੰਜ ਯੋਧੇ ਗੁਰੂ ਮਹਾਰਾਜ ਉੱਤੇ ਫੌਜ ਲੈ ਕੇ ਜਾਣਗੇ। ਪਰ ਕਿਵੇਂ ਲੈ ਕੇ ਜਾਣਗੇ, ਤੇ ਢੱਠੇ ਮੂੰਹ ਉੱਥੇ ਮਰ ਕੇ ਆਉਣਗੇ ਖਾਲਸਾ ਜੀ। ਜਿਹੜਾ ਅੜਕ ਕੇ ਜਾਵੇਗਾ ਤੇ ਉੱਥੇ ਚੜੇਗਾ ਹੀ ਚੜੇਗਾ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਬਡ ਜੋਧਾ ਬਹੁ ਪਰਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ।
ਸਤ ਸ੍ਰੀ ਅਕਾਲ। ਕਿਵੇਂ ਮਹਾਰਾਜ ਇਹਨਾਂ ਨੂੰ ਝਟਕਾਣਗੇ ਤੇ ਅਸਲ ਵਾਰੀ ਆਣੀ ਪੈਂਦੇ ਖਾਂ ਦੀ। ਆ ਪੁੱਤਰਾ ਤੂੰ ਤਾਂ ਅੱਗੇ ਆ ਪਹਿਲਾਂ, ਤੇ ਕਿਵੇਂ ਮਹਾਰਾਜ ਪੁੱਤਰਾ ਵਾਂਗ ਪਾਲਿਆ ਤੇ ਮਹਾਰਾਜ ਜੀ ਅੱਖਾਂ ਚੋਂ ਹੰਝੂ ਵੀ ਆਣਗੇ। ਜਿਹੜਾ ਨਮਕ ਹਰਾਮੀ ਕਰੇ ਖਾਲਸਾ ਜੀ ਉਹ ਤੇ ਉਹਨੂੰ ਮਹਾਰਾਜ ਫਲ ਚਖਾਉਣਗੇ। ਤੇ ਆਪ ਜੀ ਇਹ ਵਿਚਾਰ ਅਗਲੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ। ਫਿਰ ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜ਼ਿਕਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਆਗਮਨ ਦਿਹਾੜਾ ਹੈ ਖਾਲਸਾ ਜੀ। ਦੋ ਦਿਹਾੜੇ ਸਮੂਹ ਸੰਗਤਾਂ ਨੂੰ ਆਨੰਦ ਹੋਵੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਸੇਤੀ ਮਨ ਵਜੀਆ। ਵਧਾਈਆਂ ਐਸੀ ਬਖਸ਼ਿਸ਼ ਮਹਾਰਾਜ ਸਾਡੇ ਸਭਨਾਂ ਦੇ ਕਰਨ, ਸਾਡੇ ਹਿਰਦੇ ਸ਼ੁੱਧ ਹੋਣ, ਸਾਡੇ ਮਨਾਂ ਵਿੱਚ ਮਹਾਰਾਜ ਆਪਣੇ ਨਾਮ ਦਾ ਕਿਣਕਾ ਪਾਉਣ ਜੀ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮਾ ਸੇ ਅਗਨਾਸ ਹੇ ਪੂਰਨ ਹੇ ਸਰਬਮੈ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਕੈ ਸਦਾ ਬਵੇਕ ਪਰੰਪਰ ਹਰ ਹਰੇ ਹੋਵਨ ਹਾਰ ਸੰਤ ਕੈ ਸਦਾ ਸੰਗ ਧਾਰਾ ਆਧਾਰ ਠਾਕੁਰ ਹੋ ਦਾਸਰ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾਖੋ ਹੀ ਐ ਪਰੋ ਪ੍ਰਭ ਸਰਣਾਗਤੀ ਦਇਆਲ ਅਖਰ ਹਰ ਮਨ ਬਸਤ।